ਹੁਣ ਇੱਥੇ ਜਿਹੜਾ ਸਵਾਲ ਹੈ ਨਾ ਜਿਹੜਾ ਸਾਰੇ ਬੰਦਿਆਂ ਦੇ ਮਨਾਂ 'ਚ ਵੀ ਹੋਊਗਾ ਸਾਰੀ ਗੱਲਬਾਤ ਸੁਣਨ ਵੇਲੇ ਕਿ ਸੰਤ ਕਿਵੇਂ ਸ਼ਹੀਦ ਹੋ ਅਤੇ ਜਨਰਲ ਸੁਵੇਗ ਸਿੰਘ ਕਿਵੇਂ ਸ਼ਹੀਦ ਹੋਇਆ। ਜ਼ਖਮੀ ਹਾਲਤ 'ਚ ਸੰਤ ਗਏ ਉਹਨਾਂ ਕੋਲ, ਉਹਨਾਂ ਦਾ ਜਿਹੜਾ ਸਿਰ ਹੈ ਉਹ ਆਪਣੀ ਬੁੱਕਲ 'ਚ ਲਿਆ, ਗੋਲੀਆਂ ਚੱਲ ਰਹੀਆਂ ਸੀਗੀਆਂ ਅਤੇ ਉੱਥੇ ਉਹਦੇ ਪ੍ਰਾਣ ਨਿਕਲੇ ਆ। ਅਤੇ ਕਹਿੰਦੇ ਪੁੱਛਿਆ ਵੀ ਸੰਤਾਂ ਨੇ ਕਿਵੇਂ ਮਹਿਸੂਸ ਕਰ ਰਹੇ ਹੋ, ਉਹਨਾਂ ਨੇ ਕਿਹਾ ਵੀ ਛੇਵੇਂ ਪਾਤਸ਼ਾਹ ਦਾ ਘਰ ਹੋਵੇ ਅਤੇ ਮਹਾਂਪੁਰਸ਼ ਦੀ ਬੁੱਕਲ ਹੋਵੇ। ਸੋ ਇੱਧਰੋਂ ਜਿਹੜਾ ਹੈਗਾ ਕਮਾਂਡੋਆਂ ਨੇ ਉਹ 10 ਵਜੇ ਜਿਹੜੀ ਪਹਿਲੀ ਪਲਾਟੂਨ ਹੈ ਜਿਹਦੇ 'ਚ ਫਿਰ ਉਹ ਕੈਪਟਨ ਜਸਵੀਰ ਸਿੰਘ ਰੈਣਾ ਜਿਹਨੇ ਪੇਸ਼ਕਸ਼ ਕੀਤੀ ਸੀ ਕਿ ਮੈਂ ਪਹਿਲਿਆਂ 'ਚੋਂ ਹੋਊਂ ਅਤੇ ਮੈਂ ਜਾ ਕੇ ਸੰਤ ਭਿੰਡਰਾਂ ਵਾਲੇ ਨੂੰ ਆਪ ਮਾਰਨਾ ਅਕਾਲ ਤਖ਼ਤ 'ਤੇ ਜਾ ਕੇ। ਸੋ ਉਹ ਪਹਿਲਿਆਂ 'ਚ ਉਹ ਇੱਕ ਪੂਰੀ ਪਲਾਟੂਨ ਉਹ ਅੰਦਰ ਦਾਖਲ ਹੋਈ, ਉਹਨਾਂ 'ਚੋਂ ਬਹੁਤੇ ਤਾਂ ਪੌੜੀਆਂ ਦੇ ਵਿੱਚ ਹੀ ਮਾਰੇ ਗਏ। ਆਪਾਂ ਉਹ ਕੱਲ੍ਹ ਦੱਸ ਚੁੱਕੇ ਹਾਂ ਕਿ ਉੱਥੇ ਮੋਰਚਾਬੰਦੀ ਸੁਵੇਗ ਸਿੰਘ ਨੇ ਕਿਸ ਕਿਸਮ ਦੀ ਕੀਤੀ ਹੋਈ ਸੀ ਕਿ ਬੰਦਾ ਕਿ ਹਵਾ ਵੀ ਨਾ ਨਿਕਲ ਸਕੇ, ਅਤੇ ਇਸ ਕਰਕੇ ਉਹ ਤਾਂ ਉੱਥੇ ਇਹ ਸਿਰਫ ਜਿਹੜਾ ਕੈਪਟਨ ਰਹਿਣਾ ਹੈ ਜਸਵੀਰ ਸਿੰਘ ਇਹ ਜ਼ਖਮੀ ਹੋਇਆ ਵੀ ਪਰਕਰਮਾ ਤੱਕ ਪਹੁੰਚ ਗਿਆ। ਨਾਲ ਇਹਨਾਂ ਨੇ ਪੂਰੇ ਇੰਤਜ਼ਾਮ ਕੀਤੇ ਹੋਏ ਸੀ ਕਿ ਜ਼ਖਮੀਆਂ ਨੂੰ ਉਹਦੀ ਫਟਾਫਟ ਬਾਹਰ ਕੱਢਿਆ ਜਾਵੇ, ਉਹਦੇ ਵਾਸਤੇ ਅਲੱਗ ਟੀਮਾਂ ਸੀ, ਉਹਨਾਂ ਦੀ ਟ੍ਰੀਟਮੈਂਟ ਦਾ ਉੱਥੇ ਇੰਤਜ਼ਾਮ, ਜਿਨ੍ਹਾਂ ਦਾ ਉੱਥੇ ਨਹੀਂ ਹੋ ਸਕਦਾ ਉਹਦੇ ਵਾਸਤੇ ਚੇਤਕ ਹੈਲੀਕਾਪਟਰ ਜਿਹੜੇ ਅੰਬਾਲੇ ਹਸਪਤਾਲ 'ਚ ਜਿਨ੍ਹਾਂ ਨੇ ਲੈ ਕੇ ਆਉਣਾ ਸੀ। ਤੋ ਉਸ ਰਾਤ ਤਾਂ ਜਿਵੇਂ ਚੇਤਕ ਹੈਲੀਕਾਪਟਰ ਐਂ ਫਿਰਦੇ ਸੀ ਘੁੰਮਦੇ, ਕਦੇ ਪਟਿਆ ਅੰਬਾਲੇ ਅੰਮ੍ਰਿਤਸਰ ਅੰਬਾਲਾ ਅੰਮ੍ਰਿਤਸਰ, ਜਿਵੇਂ ਮੇਲੇ 'ਤੇ ਬੱਸਾਂ ਗੇੜੇ ਦਿੱਤੀਆਂ ਹੁੰਦੀਆਂ ਨਾ ਸਵਾਰੀਆਂ ਨੂੰ ਢੋਂਦੀਆਂ, ਅਤੇ ਉਹ ਥੰਭ ਗਏ ਸੀ ਹੈਲੀਕਾਪਟਰ। ਐਕਚੁਅਲੀ ਮੈਨੂੰ ਜਿੰਨਾ ਕੁ ਪਤਾ ਲੱਗਿਆ ਇਹ ਹੈ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਸਰਾਮ ਵਾਲੇ ਪਾਸਿਓਂ ਜਿਹੜਾ ਲੰਗਰ ਵਾਲੇ ਪਾਸੇ ਦਾ ਗੇਟ ਹੈ, ਜਦੋਂ ਹੀ ਉਹ ਕਦਮ ਧਰਦੇ ਸੀ ਪਰਕਰਮਾ 'ਚ ਉਹਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਕਿੱਧਰੋਂ ਆਈਆਂ ਗੋਲੀਆਂ, ਉਹ ਉੱਥੇ ਢੇਰੀ ਹੋ ਜਾਂਦੇ। ਉਹ ਫਿਰ ਮੈਨੂੰ ਬਾਅਦ 'ਚ ਉੱਥੋਂ ਕੁਛ ਜਿਹੜੇ ਜਾਣਕਾਰਾਂ ਨੇ ਦੱਸਿਆ ਕਿ ਜਿਹੜਾ ਉਹ ਕੋਨੇ ਦੇ ਵਿੱਚ ਪਿਆ ਹੋਇਆ ਨਾ ਪਾਣੀ ਵਾਲਾ, ਉਹਦੇ 'ਚ ਬਹੁਤ ਹੀ ਲੁਕਵਾਂ ਮੋਰਚਾ ਸੀ ਜਿਹਦਾ ਪਤਾ ਹੀ ਨਹੀਂ ਸੀ ਲੱਗਦਾ, ਨਾ ਉੱਥੇ ਗੋਲੀ ਜਾ ਸਕਦੀ ਸੀ, ਉਹ ਖੁੰਝਾ। ਪਰ ਉੱਥੇ ਕਹਿੰਦੇ ਪਤਾ ਨਹੀਂ ਉਹਨਾਂ ਨੇ ਕੋਈ ਬੰਦਾ ਲੰਘਣ ਨਹੀਂ ਦਿੱਤਾ। ਫਿਰ ਇਹ ਹੈ ਵੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਯਾਰ ਇਕੱਲੀ ਹੇਠੋਂ ਨਹੀਂ ਗੋਲੀ, ਜਿਵੇਂ ਹੁੰਦਾ ਨਾ ਵੀ ਯਾਰ ਕਿਸੇ ਅਣਜਾਣੇ ਮੰਡਲ 'ਚੋਂ ਗੋਲੀ ਆ ਰਹੀ ਹੈ, ਉਹਦਾ ਭੈ ਬੜਾ ਹੁੰਦਾ ਵੀ ਆ ਕਿੱਥੋਂ ਰਹੀ। ਉਹਨਾਂ ਨੇ ਰੋਕਟ ਲਾਂਚਰ ਨਾਲ ਰੋਕਟ ਇੱਕ ਮਾਰਿਆ ਬਸ ਥਾਈ ਨਕਾਰ, ਅਫਸਰ ਵੀ ਜ਼ਖਮੀ, 8 ਬੰਦੇ ਹੋਰ ਜ਼ਖਮੀ, ਬਾਕੀ ਜਿਹੜੇ ਸੀਗੇ ਗੜਵਾਲੀ ਸੀ ਉਹਦੇ 'ਚ, ਬਾਕੀ ਜਿਹੜੇ ਸੀ ਉਹਨਾਂ ਛਾਲਾਂ ਮਾਰੀਆਂ ਅਤੇ ਭੱਜ ਕੇ ਬਰਾਂਡਿਆਂ 'ਚ ਜਾ ਲੁੱਕੇ। ਇਹ ਵੀ ਦੇਖੋ ਜਦੋਂ ਉਹ ਕਹਿੰਦਾ ਬਰਾੜ ਕਹਿੰਦਾ ਨਾ ਵੀ ਜਦੋਂ ਅਸੀਂ ਉਹ ਦੇਖਿਆ ਵੀ ਜਿਹੜਾ ਰੋਕਟ ਆਇਆ ਉਹਨੂੰ ਕਹਿੰਦੇ ਨੇ RPG-7 ਰਾਈਫਲ ਪ੍ਰੋਪੈਲਡ ਗਰਨੇਡ, ਰਾਈਫਲ ਨਾਲ ਗਰਨੇਡ ਹੀ ਹੁੰਦਾ ਇੱਕ ਹਿਸਾਬ ਨਾਲ, ਪਰ ਉਹ ਹੁੰਦਾ ਬੜਾ ਪਾਵਰਫੁੱਲ। ਕਹਿੰਦਾ ਫਿਰ ਸਾਨੂੰ ਇਸ ਤਾਂ ਕਦੇ ਵੀ ਨਹੀਂ ਸਾਡੇ ਮਨ 'ਚ ਵੀ ਇਹ ਵੀ ਹੋਊ ਇਹਨਾਂ ਕੋਲ, ਕਹਿੰਦਾ ਫਿਰ ਸਾਨੂੰ ਲੱਗਿਆ ਵੀ ਇਹ ਕੰਮ ਨਹੀਂ ਹੋਣਾ। ਫਿਰ ਉਹਨੇ ਸੁੰਦਰ ਜੀ ਨੂੰ ਫਲੈਸ਼ ਕੀਤਾ, ਸੁਨੇਹਾ ਭੇਜਿਆ ਫਟਾਫਟ ਵਾਇਰਲੈਸ ਰਾਹੀਂ ਬਈ ਟੈਂਕਾਂ ਦੀ ਇਜਾਜ਼ਤ ਲੈ ਦਿੱਲੀ ਤੋਂ। ਫਿਰ ਜਦੋਂ ਇਹ ਲੱਗਿਆ ਕਿ ਉਹ ਟੈਂਕ ਜਿਹੜੇ ਟੈਂਕਾਂ ਦੀਆਂ ਜਿਹੜੀਆਂ ਹੈਗੀਆਂ ਮਸ਼ੀਨ ਗੰਨਾਂ ਜਾਂ ਗੋਲੇ ਉਹ ਵੀ ਨਹੀਂ ਕੋਈ ਅਸਰ ਕਰ ਰਹੇ, ਉੱਧਰੋਂ ਦਿਨ ਚੜ੍ਹਨਾ ਸ਼ੁਰੂ ਹੋ ਗਿਆ। ਲੋਪ ਆਟ ਗਈ, 4:30 ਵੱਜ ਗਏ ਸੀ ਅਤੇ ਗਰਮੀਆਂ ਦੇ ਵਿੱਚ ਜੂਨ ਦੇ ਮਹੀਨੇ 4:30 ਵਜੇ ਤਾਂ ਚਾਨਣ ਹੋਣਾ ਸ਼ੁਰੂ ਹੋ ਜਾਂਦਾ। ਉਸੇ ਮੌਕੇ ਜਿਹੜਾ ਸੀਗਾ ਸੁੰਦਰ ਜੀ ਉਹਨੂੰ ਇਹ ਖਬਰ ਮਿਲ ਗਈ ਕਿ ਸ਼ਹਿਰ ਦੇ ਬਾਹਰ ਲੋਕਾਂ ਦੇ ਹਜ਼ਾਰਾਂ ਦੀ ਗਿਣਤੀ ਸਿੱਖ ਇਕੱਠੇ ਹੋ ਕੇ ਪਿੰਡਾਂ 'ਚ ਆਉਣੇ ਸ਼ੁਰੂ ਹੋ ਗਏ, ਉਹਨਾਂ ਦੇ ਜਕਾਰੇ ਸ਼ਹਿਰ 'ਚ ਸੁਣਨ ਲੱਗ ਗਏ ਸੀ ਦਰਬਾਰ ਸਾਹਿਬ ਤੱਕ। ਫਿਰ ਲੱਗਿਆ ਵੀ ਇਹ ਤਾਂ ਜੇ ਦਿਨ ਚੜ੍ਹ ਗਿਆ ਤਾਂ ਇਹਨੂੰ ਅਸੀਂ ਕਿੱਥੋਂ ਕੰਟਰੋਲ ਕਰ ਲਾਂਗੇ, ਐਡੇ ਲੋਕਾਂ ਦੇ ਇਕੱਠਾਂ ਨੂੰ ਕੀ ਕਰਾਂਗੇ, ਕਿੰਨੇ ਕੁ ਬੰਦੇ ਮਾਰ ਲਾਂਗੇ। ਬਸ ਫਿਰ ਉਹ ਉਹਨਾਂ ਨੂੰ ਬੁਖਲਾਹਟ ਜਾਏ। ਫਿਰ ਬਰਾੜ ਨੇ ਕਿਹਾ
ਵੀ ਹੁਣ ਤੁਸੀਂ ਨਾ ਵੱਡਿਆ ਜਿਹੜੀ ਵੱਡੀ ਤੋਪ ਵਰਤਣ ਦੀ ਇਜਾਜ਼ਤ ਲਓ। ਫਿਰ ਉਹ 5 ਵਜੇ ਉਹਨੇ ਉਹਨਾਂ ਨੂੰ ਫਲੈਸ਼ ਕੀਤਾ ਮੈਸੇਜ ਸੁੰਦਰ ਜੀ ਨੇ, ਉਹਨਾਂ ਦੀ ਮੀਟਿੰਗ ਹੋਈ। ਪਰ ਇਹਨੇ ਕਿਹਾ ਸੀ ਸਾਡੇ ਕੋਲ ਹੁਣ ਸਮਾਂ ਨਹੀਂ ਵਾਲਾ, ਵੀ ਇਹ ਸਾਰਾ ਕੰਮ ਮਿੰਟਾਂ 'ਚ ਹੋਣਾ ਚਾਹੀਦਾ, ਨਹੀਂ ਸਭ ਕੁਛ ਕਿਹਾ ਸਾਡਾ। द सिख व्यू पॉइंट चैनल देख रहे सारे दर्शकों का मैं मेहर सिंह स्वागत करदा जी। वाहिगुरू जी का खालसा, वाहिगुरू जी की फतेह। जद डुलदा खून शहीदां दा, तकदीर बदलदी कौमां दी, रंबियां नाल खोपर लै जांदे, तस्वीर बदलदी कौमां दी। जद चरबी ढले शरीरां दी, रूहां विच चानण हो जावे, जद उसरण कंधां सिर उत्ते, सुती हुई कौम खलो जावे, जद उसरण कंधां सिर उत्ते, सुती हुई कौम खलो जावे। अज दे प्रोग्राम विच गलबात करांगे जी 5 तों 6 जून दी दरमियानी रात दे विच की कुछ हुंदा आ। ਜਿੰਨੀਆਂ ਵੀਡੀਓਜ਼ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਉਹ ਸਾਰੀਆਂ ਇਸ ਜੰਗ ਦਾ ਆਧਾਰ ਸਿਰਜਦੀਆਂ ਨੇ। ਅੱਜ ਦੀ ਜਿਹੜੀ ਗੱਲਬਾਤ ਆ ਉਹ ਬਹੁਤ ਅਹਿਮ ਗੱਲਬਾਤ ਆ ਇਸ ਸਾਰੇ ਮਾਹੌਲ ਦੇ ਵਿੱਚ, ਕਿ ਕਿਸ ਤਰੀਕੇ ਦੇ ਨਾਲ ਜਿਹੜੀ ਫੌਜ ਦੀ ਤਿਆਰੀ ਆ ਅਤੇ ਕਿਸ ਤਰੀਕੇ ਜੁਝਾਰੂ ਸਿੰਘ ਯੋਧੇ ਉਸ ਹਮਲੇ ਦਾ ਟਾਕਰਾ ਕਰਦੇ ਨੇ, ਅਤੇ ਕਿਵੇਂ ਕਿਵੇਂ ਅੱਜ ਦੇ ਦਿਨ ਹੀ ਜਾਣਨਾ ਕਰਾਂਗੇ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਥਾਪੜਾ ਲੈ ਕੇ ਮੁੱਠੀ ਭਰ ਯੋਧੇ ਜੰਗ ਦੇ ਮੈਦਾਨ ਦੇ ਵਿੱਚ ਡਟੇ ਹੋਏ ਨੇ, ਅਤੇ ਦੂਜੇ ਪਾਸੇ ਤਨਖਾਹਦਾਰ ਅਤੇ ਆਪਣੇ ਸਰਕਾਰੀ ਹੁਕਮ ਨੂੰ ਪਗਾਉਂਦੇ ਫੌਜੀ ਜੰਗ ਦੇ ਮੈਦਾਨ ਦੇ ਵਿੱਚ ਨੇ। ਇਹ ਸਾਰੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਸਰਦਾਰ ਅਜਮੇਰ ਸਿੰਘ ਜੀ, ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਇਹ ਜਾਣਨਾ ਚਾਹਾਂਗੇ 5 ਤੋਂ 6 ਜੂਨ ਦੀ ਦਰਮਿਆਨੀ ਰਾਤ ਦੇ ਵਿੱਚ ਕੀ ਕੁਝ ਹੁੰਦਾ ਆ, ਅਤੇ ਇਹ ਜੰਗ ਦਾ ਜਿਹੜਾ ਹੁਣ ਤੱਕ ਪਿੱਛੇ ਅਸੀਂ ਸਾਰਾ ਆਧਾਰ ਸਿਰ ਚੁੱਕੇ ਹਾਂ, ਅੱਜ ਜਿਹੜੀ ਆ ਬਹੁਤ ਅਹਿਮ ਹੈ ਗੱਲਬਾਤ ਜਿਹੜੀ ਆਪਣੀ, ਕਿਉਂਕਿ 5 ਤੋਂ 6 ਜੂਨ ਦੇ ਵਿੱਚ ਬਹੁਤ ਗਹਿਗਤ ਲੜਾਈ ਹੁੰਦੀ ਆ, ਉਸ ਸਮੇਂ ਕੀ ਕੁਝ ਹੁੰਦਾ ਉਹ ਸਾਰਾ ਦੱਸਣਾ ਕਰਿਓ। ਸੋ ਆਪਾਂ ਜੋ ਪਿਛਲੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਉਹ ਇੱਕ ਆਪਾਂ ਇਹ ਕਹਿ ਲਓ ਬੈਕਗਰਾਊਂਡ ਉਹਦੀ ਜਾਂ ਆਧਾਰ ਉਹ ਦੱਸਦਾ, ਅਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੇ 'ਚ ਇਹ ਹੈ ਕਿ ਹੁਣ ਜਦੋਂ ਬਕਾਇਦਾ ਜੰਗ ਕਿਵੇਂ ਲੜੀ ਗਈ ਜੀ, ਇਹਦੇ ਬਾਰੇ ਜਨਰਲ ਕੇ ਐੱਸ ਬਰਾੜ ਨੇ ਆਪਦਾ ਪੱਖ ਪੇਸ਼ ਕੀਤਾ, ਉਹ ਕਿਹੜੀ ਅੱਖ ਨਾਲ ਦੇਖਦਾ ਜੀ। ਬਾਕੀ ਹੋਰਨਾਂ ਬੰਦਿਆਂ ਨੇ, ਪੱਤਰਕਾਰਾਂ ਨੇ ਬੜੀ ਲਿਖੀਆਂ ਕਿਤਾਬਾਂ, ਹੋਰ ਬੜਿਆਂ ਨੇ ਸਾਰੀ ਜੰਗ ਨੂੰ ਲਿਖਿਆ ਨਾ, ਹਰ ਇੱਕ ਨੇ ਆਪਦੇ ਪੱਖ ਤੋਂ ਬਿਆਨ ਕੀਤਾ। ਅੱਜ ਆਪਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ 2 ਗੱਲਾਂ ਰੀਫਰੈਸ਼ ਕਰ ਲਈਏ, ਕਿਉਂਕਿ ਪਿਛਲੀਆਂ ਵੀਡੀਓ 'ਚ ਆਪਾਂ ਦੱਸ ਚੁੱਕੇ ਹਾਂ ਕਿ ਫੌਜ ਕਿੱਡੀ ਵੱਡੀ ਗਿਣਤੀ 'ਚ ਇਹਨਾਂ ਨੇ ਮੋਬਲਾਈਜ਼ ਕੀਤੀ, ਉਹਦੀਆਂ ਕਿੰਨੀਆਂ ਡਿਵੀਜ਼ਨਾਂ ਵੱਖ ਵੱਖ ਕੰਮਾਂ ਲਈ ਲਾਈਆਂ ਗਈਆਂ। ਉਹਦੇ 'ਚ ਜੋ ਪਹਿਲਾਂ ਪਲੈਨਿੰਗ ਸੋਚੀ ਸੀ ਇਹਨਾਂ ਨੇ ਉਹ ਇਹ ਸੀ ਕਿ ਇੱਕੋ ਸਮੇਂ 3 ਪਾਸਿਆਂ ਤੋਂ ਦਾਖਲ ਖੋਵਾਂਗੇ, ਰਾਤ ਦੇ ਹਨੇਰੇ 'ਚ 3 ਪਾਸਿਆਂ ਤੋਂ, ਇੱਕ ਇੱਧਰੋਂ ਘੰਟਾ ਘਰ ਵਾਲਾ ਮੁੱਖ ਦੁਆਰ, ਇੱਕ ਜਿਹੜਾ ਬਾਬਾ ਦੀਪ ਸਿੰਘ ਵੱਲ ਆਟਾ ਮੰਡੀ ਵਾਲਾ ਕਹਿ ਦਈਏ ਜਾਂ ਦੱਖਣੀ ਦੁਆਰ, ਤੀਜਾ ਜਿਹੜਾ ਸਰਾਵਾਂ ਵਾਲਾ ਜਿਹਨੂੰ ਆਪਾਂ ਪੂਰਬੀ ਦੁਆਰ ਕਹਿ ਸਕਦੇ ਹਾਂ, ਪੂਰਬ ਦੀ ਦਿਸ਼ਾ 'ਚ ਲੰਗਰ ਵਾਲੇ ਪਾਸੇ, ਲੰਗਰ ਵਾਲੇ ਪਾਸਿਓਂ 3 ਪਾਸਿਆਂ ਤੋਂ ਵੜਨ ਦਾ ਜਿਹੜਾ ਸੀਗਾ ਉਹਦੇ ਪਿੱਛੇ ਸੋਚ ਇਹ ਸੀ ਕਿ ਜਿਹੜੇ ਅੰਦਰ ਜੁਝਾਰੂ ਨੇ ਉਹਨਾਂ ਦਾ ਧਿਆਨ 3 ਪਾਸੇ ਵੰਡਿਆ ਜਾ ਸਕੇ, ਤਾਂ ਹੀ ਫਿਰ ਬਚ ਬਚਾ ਕੇ ਅਕਾਲ ਤਖਤ ਸਭ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਪਰ ਅਖੀਰ 'ਤੇ ਆ ਕੇ ਉਹਨਾਂ ਨੇ ਜਿਹੜਾ ਦੱਖਣੀ ਪਾਸੇ ਤੋਂ ਆਟਾ ਮੰਡੀ ਵੱਲੋਂ ਜਾਂ ਬਾਬਾ ਦੀਪ ਸਿੰਘ ਵਾਲੇ ਯਾਦਗਾਰ ਵੱਲੋਂ ਐਂਟਰ ਕਰਨ ਦਾ ਸੀਗਾ ਵਿਚਾਰ, ਉਹ ਤਿਆਗ, ਕਿਉਂਕਿ ਸਾਰੀ ਰੇਕੀ ਕਰਕੇ ਉਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਸਾਡੇ ਫੌਜ ਹੈ ਕਮਾਂਡੋਜ਼ ਨੇ ਜਿਹੜੇ ਅੰਦਰ ਵਾੜਨੇ ਹਨ ਉਹਨਾਂ ਨੂੰ ਗੇਟਾਂ ਤੱਕ ਪਹੁੰਚਾਉਣਾ ਹੀ ਬਹੁਤ ਔਖਾ ਹੈ, ਉਹ ਸੇਫ ਪਹੁੰਚਣੇ ਚਾਹੀਦੇ ਨੇ। ਜੇ ਉਹ ਗੇਟਾਂ ਤੱਕ ਪਹੁੰਚਦੇ ਰਾਹਾਂ 'ਚ ਹੀ ਨਿਸ਼ਾਨਾ ਬਣ ਗਏ ਫਿਰ ਤਾਂ ਸਾਰੀ ਕਹਾਣੀ ਵਿਗੜ ਜੂ। ਤਾਂ ਉਹਦੇ ਵਾਸਤੇ ਉਹਨਾਂ ਨੇ ਇੰਤਜ਼ਾਮ ਇਹ ਕੀਤਾ ਸੀ ਕਿ 8 ਮੈਕਨਾਈਜ਼ਡ ਬਟਾਲੀਅਨ ਦੇ ਨਾ ਟੈਂਕ ਅਤੇ ਨਾਲ ਬਖਤਰਬੰਦ ਗੱਡੀਆਂ ਉਹਨਾਂ ਦਾ ਇੰਤਜ਼ਾਮ ਕੀਤਾ ਕਿ ਅੱਗੇ ਅੱਗੇ ਟੈਂਕ ਅਤੇ ਪਿੱਛੇ ਬਖਤਰਬੰਦ ਗੱਡੀਆਂ। ਸੋ ਉਹ ਨਾ ਟੈਂਕ ਉੱਧਰ ਵੜ ਸਕਦੇ ਸੀ ਆਟਾ ਮੰਡੀ ਵੱਲ, ਨਾ ਬਖਤਰਬੰਦ ਗੱਡੀ। ਸੋ ਫਿਰ ਉਹਨਾਂ ਨੇ ਉਹ ਤਿਆਗਤੀ ਪਲੈਨ ਕਿ ਇਹਨੂੰ ਰਹਿਣ ਦਈਏ, 2 ਪਾਸਿਆਂ ਤੋਂ ਐਂਟਰ ਕਰੀਏ। ਹੁਣ ਜਿਹੜੀ 2 ਪਾਸਿਆਂ ਤੋਂ ਐਂਟਰ ਕਰਨ ਦੀ ਉਹਨਾਂ ਦੀ ਯੋਜਨਾ ਇਹ ਸੀ ਕਿ ਜਿਹੜਾ ਤਾਂ ਹੈਗਾ ਘੰਟਾ ਘਰ ਵਾਲਾ ਮੁੱਖ ਦੁਆਰ, ਉਹਦੇ ਵਿੱਚ 4 ਜਿਹੜੀਆਂ ਬਖਤਰਬੰਦ ਗੱਡੀਆਂ ਨੂੰ ਉਹ ਸਾਡੇ ਕਮਾਂਡੋਆਂ ਨੂੰ ਉੱਥੋਂ ਤੱਕ ਪਹੁੰਚਾਉਣਗੀਆਂ। ਅਤੇ ਉਹਦੇ 'ਚ ਮੇਨਲੀ ਟੈਨ ਗਾਰਡ
पैरा कमांडो ते SFF स्पैशल फ्रंटियर फोर्स ते एक उन्होंने वड़ना सीगा सरामा वाले पास्यों उहदे वास्ते इधर जिहड़ा लोहे का गेट है अपना सरामा वाले पास्से उधर दी दाखल होके फिर वह सरामा अपना जिहड़ा परिक्रमा दे अंदर दाखल होना सी लंगर वाले पास्से अंदर हाँ उहदे वास्ते फिर उन्होंने ये किया कि तीन टैंक होणगे मूहरे उहदे पिछे चार बख्तरबंद गड्डियां एक वध बेहतर हुंदियां जिन्हों BMPs कहिंदे ने चार वह गड्डियां चार गड्डियां दे पिछे तीन बख्तरबंद गड्डियां जिन्हों स्कॉट SKOT जो उहदा मार्क है ये गड्डियां दे मार्क है जो मिलटरी दियां दे ते भी वह होणगे ते जिहड़े कमांडो ने ਉਹ ਇੱਧਰ ਜੋ ਕਮਾਂਡੋ ਭੇਜਣੇ ਸੀ ਉਹਦੇ ਵਿੱਚ ਸੀਗੇ ਮੇਨਲੀ ਇੱਕ ਪੈਰਾ ਕਮਾਂਡੋ ਇੱਕ ਗੋਤਾਖੋਰ ਹੁਣ ਗੋਤਾਖੋਰਾਂ ਬਾਰੇ ਮੈਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਜੋ ਬਰਾੜ ਨੇ ਕਿਹਾ ਉਹ ਤਾਂ ਇਹ ਸੀ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਉਹ ਕਿਤੇ ਉਡਾ ਨਾ ਦੇਣ ਇਸ ਕਰਕੇ ਅਸੀਂ ਇਹ ਵੀ ਗੋਤਾਖੋਰ ਜਿਹੜੇ ਸਾਡੇ ਕਮਾਂਡੋ ਹੈ ਉੱਥੇ ਜਾ ਕੇ ਬੈਠਣ ਤਾਂ ਕਿ ਉਹਦੀ ਰਾਖੀ ਕਰਨ ਪਰ ਅੱਜ ਦੇ ਵਰਤਾਂਤ 'ਚ ਤੁਸੀਂ ਦੇਖਿਓ ਉਹੀ ਬਰਾੜ ਦੇ ਮੂੰਹੋਂ ਗੱਲਾਂ ਹੋਰ ਨਿਕਲ ਗਈਆਂ ਜਿੱਥੋਂ ਅਸਲੀਅਤ ਸਾਹਮਣੇ ਆ ਗਈ ਕਿ ਉਹ ਦਰਬਾਰ ਸਾਹਿਬ ਨੂੰ ਬਚਾਉਣ ਦੀ ਕੋਈ ਗੱਲ ਨਹੀਂ ਸੀ ਇਹ ਤੁਹਾਨੂੰ ਪਤਾ ਸੀ ਇਹ ਵੀ ਇਹੋ ਜਿਹਾ ਕੋਈ ਖਤਰਾ ਨਹੀਂ ਅਤੇ ਉਹ ਸੀਗੇ ਐਕਚੁਅਲੀ ਉਹਨਾਂ ਨੇ ਉਹ ਕਮਾਂਡੋ ਹੀ ਸੀ ਕਿ ਪਾਣੀ ਵਿੱਚ ਦੀ ਜਾਣਾ ਇੱਕ ਹੋਰ ਸੇਫ ਲੱਗਿਆ ਉਹਨਾਂ ਨੂੰ ਅਤੇ ਉੱਥੋਂ ਤੱਕ ਉਹ ਪਹੁੰਚ ਕੇ ਅਕਾਲ ਤਖ਼ਤ ਦੇ ਐਨ ਦਰਸ਼ਨੀ ਡਿਊਟੀ ਤੱਕ ਜਾ ਪਹੁੰਚਣਗੇ ਸੋ ਇਹ ਪਲੈਨ ਸੀ ਅਤੇ ਸੋਚਿਆ ਇਹ ਗਿਆ ਸੀ 7 ਵਜੇ ਛਾਉਣੀ ਤੋਂ ਸਾਰੀਆਂ ਇਹ ਫੌਜਾਂ ਜਿਨ੍ਹਾਂ ਨੇ ਲੜਨਾ ਸੀ ਉਹ ਰਵਾਨਾ ਹੋ ਗਈਆਂ ਅੰਮ੍ਰਿਤਸਰੋਂ ਅਤੇ 7:30 ਵਜੇ ਉਹਨਾਂ ਨੇ ਜਿਹੜਾ ਕੋਤਵਾਲੀ ਕ੍ਰੋਸ ਕੀਤੀ ਜਿਹੜੀ ਕੋਤਵਾਲੀ ਆ ਉੱਥੇ ਵੀ ਇੱਕ ਹੈੱਡਕੁਆਟਰ ਸੀ ਜਿਹੜਾ ਇਹਨਾਂ ਦੀਆਂ ਸਾਰੀਆਂ ਗੱਡੀਆਂ ਦੀ ਜਿਹੜਾ ਹੈਗਾ ਕੋਆਰਡੀਨੇਟ ਕਰਨਾ ਕਿ ਕੁਛ ਰਿਜ਼ਰਵ ਉੱਥੇ ਖੜਨਗੀਆਂ ਜਦੋਂ ਵੀ ਅੰਦਰ ਲੋੜ ਪਈ ਮਤਲਬ ਜੋ ਵੀ ਅੰਦਰ ਰਿਜ਼ਰਵ ਫੋਰਸ ਦੀ ਲੋੜ ਪੈਣੀ ਸੀ ਉਹ ਕੋਤਵਾਲੀ 'ਚ ਇਹਨਾਂ ਨੇ ਸਾਰਾ ਉਹ ਰੱਖਿਆ ਹੋਇਆ ਸੀਗਾ ਸੋ ਇੱਕ ਤਰ੍ਹਾਂ ਨਾਲ ਕੋਤਵਾਲੀ ਵੀ ਹੈੱਡਕੁਆਟਰ ਸੀ ਇੱਕ ਤਰ੍ਹਾਂ ਦਾ ਸੋ ਉੱਥੋਂ ਮਤਲਬ 7:30 ਵਜੇ ਉਹ ਕ੍ਰੋਸ ਕੀਤੀਆਂ ਸ਼ਹਿਰ 'ਚ ਲੰਘੀਆਂ ਜਿਵੇਂ ਲਾਈਨਾਂ ਹੁੰਦੀਆਂ ਸ਼ਹਿਰ ਦਾ ਉਦੋਂ ਜੋ ਸੀਨ ਸੀ ਉਹ ਇਹ ਸੀ ਕਿ ਹਨੇਰਾ ਹੋ ਗਿਆ ਬਿਜਲੀ ਬੰਦ ਹੈ ਜਦੋਂ ਦਾ ਕਰਫਿਊ ਲੱਗਿਆ ਬਿਜਲੀ ਬੰਦ ਕਰਤੀ ਸੀ ਸਾਰੇ ਸ਼ਹਿਰ ਦੀ ਕੋਈ ਚਾਨਣ ਨਹੀਂ ਘੁੱਪ ਹਨੇਰਾ ਹੈ ਕਰਫਿਊ ਲੱਗਿਆ ਹੋਇਆ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਗੱਡੀਆਂ ਦੇ ਪਿੱਛੇ ਟੈਂਕ ਆ ਰਹੇ ਹਨ ਹੁਣ ਜਦੋਂ ਟੈਂਕਾਂ ਦੀ ਆਵਾਜ਼ ਆਈ ਤਾਂ ਲੋਕਾਂ ਦੇ ਅੰਦਰ ਇੱਕ ਉਤਸੁਕਤਾ ਜਾਗੀ ਵੀ ਦੇਖੀਏ ਉਹ ਫਿਰ ਝੀਤਾਂ ਰਾਹੀਂ ਥੋੜ੍ਹੇ ਥੋੜ੍ਹੇ ਦਰਵਾਜ਼ੇ ਖੋਲ੍ਹ ਕੇ ਜਾਂ ਬਾਰੀਆਂ ਖੋਲ੍ਹ ਕੇ ਜਾਂ ਛੱਤਾਂ 'ਤੇ ਚੜ੍ਹ ਕੇ ਉਹ ਉਹਨਾਂ ਨੇ ਦੇਖਿਆ ਅਤੇ ਉਹ ਜੋ ਦ੍ਰਿਸ਼ ਬਣਦਾ ਸੀ ਕਿ ਜਿੱਡੀ ਵੱਡੀ ਫੌਜ ਜਾ ਰਹੀ ਆ ਹੁਣ ਜਦੋਂ 6 ਟੈਂਕ ਅਤੇ 10 ਬਖਤਰਬੰਦ ਗੱਡੀਆਂ ਐਨ ਪੂਰੀਆਂ ਲੈਸ ਹੋ ਕੇ ਲੰਘਦੀਆਂ ਸ਼ਹਿਰ ਦੇ ਵਿੱਚ ਦੀ ਸਨਾਟਾ ਛਾਇਆ ਹੋਇਆ ਅਤੇ ਸਾਰੇ ਦੁਨੀਆ ਨਾਲੋਂ ਪੰਜਾਬ ਕੱਟਿਆ ਹੋਇਆ ਅਤੇ ਕਿਤੇ ਨਾ ਕੋਈ ਖਬਰ ਆ ਰਹੀ ਹੈ ਨਾ ਅਖਬਾਰ ਆ ਰਿਹਾ ਨਾ TV ਚੱਲ ਰਿਹਾ ਨਾ ਰੇਡੀਓ ਚੱਲ ਰਿਹਾ ਮਤਲਬ ਉਹ ਸਾਰਾ ਇੱਕ ਮਾਹੌਲ ਬੜਾ ਅਜੀਬ ਕਿਸਮ ਦਾ ਤਣਾਅ ਵਾਲਾ ਬਣਿਆ ਹੋਇਆ ਸੀ ਸੋ ਜਦੋਂ ਉਹ ਗੱਡੀਆਂ ਦੇਖੀਆਂ ਹੋਣਗੀਆਂ ਅਤੇ ਸਿੱਖਾਂ ਦੇ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਸ਼ਰਧਾਵਾਨ ਸਿੱਖ ਆ ਉਹਨਾਂ ਦੇ ਮਨਾਂ 'ਤੇ ਕੀ ਬੀਤੀ ਹੋ ਸੋ ਉਹਨਾਂ ਨੇ ਅਰਦਾਸਾਂ ਕੀਤੀਆਂ ਹੋਣਗੀਆਂ ਅਤੇ ਜਿਹੜੇ ਸਿੱਖਾਂ ਦੇ ਦੁਖੀ ਸੀ ਉਹਨਾਂ ਨੇ ਆਪਦੀਆਂ ਦੁਆਵਾਂ ਕੀਤੀਆਂ ਹੋਣਗੀਆਂ ਜਾਂ ਖੁਸ਼ ਹੋਏ ਉਹ ਮਤਲਬ ਇਹ ਕੁਛ ਰਿਪੋਰਟਾਂ ਮਿਲੀਆਂ ਕਿ ਉਹਨਾਂ ਨੇ ਉਦੋਂ ਜਿਵੇਂ ਤਾੜੀਆਂ ਵੀ ਮਾਰੀਆਂ ਵੀ ਚਲੋ ਹੁਣ ਆ ਗਏ ਇੱਕ ਰਿਲੀਫ ਮਹਿਸੂਸ ਕੀਤਾ ਰਾਹਤ ਮਹਿਸੂਸ ਕੀਤੀ ਚਲੋ ਉਹ ਆ ਗਈਆਂ ਗੱਡੀ ਆਪਣੀਆਂ ਜਿਹੜੀਆਂ ਸੀਗੀਆਂ ਫੌਜਾਂ ਹਰ ਇੱਕ ਦੇ ਅਸੈਂਬਲੀ ਪੁਆਇੰਟ ਬਣਾਏ ਸੀ ਕਿਹਨੇ ਕਿੱਥੇ ਇਕੱਠੇ ਹੋਣਾ ਹੈ ਸੋ ਜਿਹੜੇ 10 ਗਾਰਡ ਸੀ ਜਿਨ੍ਹਾਂ ਨੇ ਘੰਟਾ ਘਰ ਵਾਲੇ ਪਾਸਿਓਂ ਦਾਖਲ ਹੋਣਾ ਸੀ ਉਹ ਜਿਹੜਾ ਸਾਹਮਣੇ ਵਾਲਾ ਵਿਹੜਾ ਹੈ ਘੰਟਾ ਘਰ ਦੇ ਉਹ ਉੱਥੇ ਇਕੱਠੇ ਹੋਣਾ ਸੀ ਉਹਨਾਂ ਨੇ ਜਿਹੜੇ ਉੱਧਰ ਦੀ ਸਰਾਵਾਂ ਵਾਲੇ ਪਾਸਿਓਂ ਐਂਟਰ ਹੋਣਾ ਸੀ ਉਹ ਸੀ 26 ਮਦਰਾਸ ਮਦਰਾਸੀ ਸੀ ਅਤੇ ਉਹਨਾਂ ਨੇ ਇਕੱਠੇ ਹੋਣਾ ਸੀ ਜਲਿਆਂਵਾਲੇ ਬਾਗ ਕੋਲ
ਉੱਥੋਂ ਫਿਰ ਆਪਦਾ ਕਾਫਲਾ ਬਣਾ ਕੇ ਟੈਂਕਾਂ ਦਾ ਅਤੇ ਵਕਤਰਬੰਦ ਗੱਡੀਆਂ ਦਾ ਫਿਰ ਉਹ ਉੱਧਰਲੇ ਲੰਗਰ ਵਾਲੇ ਪਾਸ ਪਿੱਛੇ ਦੀ ਹੋ ਕੇ ਉੱਥੇ ਪਹੁੰਚਣਾ ਸੀ ਅਤੇ ਉਹਨਾਂ ਨੂੰ ਇਹ ਹਦਾਇਤਾਂ ਸੀ ਕਿ 7:30 ਤੋਂ ਪਹਿਲਾਂ ਆਪਦੇ ਅਸੈਂਬਲੀ ਏਰੀਏ ਤੋਂ ਇੱਕ ਕਦਮ ਵੀ ਕਿਸੇ ਨੇ ਬਾਹਰ ਨਹੀਂ ਰੱਖਣਾ ਸੋ ਪਹਿਲਾਂ 10 ਵਜੇ ਦਾ ਟਾਈਮ ਰੱਖ ਲਿਆ ਸੀ ਉਹਨਾਂ ਨੇ ਕਿ ਤੁਸੀਂ 10 ਵਜੇ ਤੱਕ ਜਿਹੜੇ ਕਮਾਂਡੋ ਹੈ ਜਿਨ੍ਹਾਂ ਨੇ ਅੰਦਰ ਵੜਨਾ ਉਹ ਗੇਟਾਂ 'ਤੇ ਪਹੁੰਚ ਜਾਣ ਅਤੇ ਠੀਕ 10 ਵਜੇ ਉਹ ਦੋਵੇਂ ਪਾਸਿਓਂ ਅੰਦਰ ਦਾਖਲ ਹੋਣਗੇ ਪਰ ਜਿਹੜਾ ਬਰਾੜ ਹੈ ਉਹ ਜਿਹੜਾ ਟੈਕਟੀਕਲ ਹੈੱਡਕੁਆਟਰ ਹੈ ਇਮਾਰਤ ਦੇ ਉੱਤੇ ਉਹ ਉੱਥੇ ਸੀ ਜਿੱਥੋਂ ਸਾਰੇ ਕੁਛ ਦੀ ਨਿਗਰਾਨੀ ਕਰ ਰਿਹਾ ਸੀ ਅਤੇ ਉਹ ਕਹਿੰਦਾ ਵੀ 10 ਵਜੇ ਤੱਕ ਸਾਨੂੰ ਮਦਰਾਸੀਆਂ ਵੱਲੋਂ ਮੈਸੇਜ ਨਾ ਆਇਆ ਕਿਉਂਕਿ ਉਹਨਾਂ ਨੇ ਦੱਸਣਾ ਸੀ ਉੱਥੇ ਪਹੁੰਚ ਗਏ ਵੀ ਅਸੀਂ ਪਹੁੰਚ ਗਏ ਐਕਸ਼ਨ ਸ਼ੁਰੂ ਕਰੋ ਉਹ ਕਹਿੰਦਾ ਵੀ 10 ਵਜੇ ਉਡੀਕੀ ਗਏ 10:30 ਵਜ ਗਏ ਪਰ ਉਹਨਾਂ ਵੱਲੋਂ ਕੋਈ ਸੂਚਨਾ ਨਹੀਂ ਫਿਰ 10:30 ਤੋਂ ਕਹਿੰਦਾ ਲੇਟ ਅਸੀਂ ਹੋ ਹੀ ਨਹੀਂ ਸਕਦੇ ਸੀ 10 ਵੀ ਪਹਿਲਾਂ ਲੇਟ ਕੀਤਾ 8 ਤੋਂ ਵੀ ਪਹਿਲਾਂ ਐਨ ਯਕੀਨੀ ਬਣਾ ਲਈਏ ਕੋਈ ਮੋਰਚਾ ਰਹਿ ਤਾਂ ਨਹੀਂ ਗਿਆ ਇਹ ਤਾਂ ਬਹੁਤ ਕੀ ਜਿਹੜੇ ਕਮਾਂਡੋ ਸੀ ਉਹ ਇੰਨੇ ਕੀਮਤੀ ਸੀ ਉਹਨਾਂ ਵਾਸਤੇ ਉਹ ਤਾਂ ਉਹਨਾਂ ਨੂੰ ਉਹ ਐਂ ਨਹੀਂ ਸੀ ਗੁਆ ਸਕਦੇ ਵੀ ਅੰਦਰ ਵੜਨ ਤੋਂ ਪਹਿਲਾਂ ਹੀ ਉਹਨਾਂ 'ਚੋਂ ਕੋਈ ਮਾਰਿਆ ਜਾਵੇ ਸੋ ਐਨ ਯਕੀਨ ਕਰ ਲਿਆ ਤੋ ਇਸ ਕਰਕੇ ਉਹਨਾਂ ਨੇ 8 ਤੋਂ 10 ਤੱਕ ਲਗਾਏ ਟਾਈਮ ਜਦੋਂ 10 ਤੋਂ ਵੀ 10:30 ਹੋ ਗਏ ਫਿਰ ਉਹਨੇ ਕਿਹਾ ਵੀ ਹੁਣ ਨਹੀਂ ਉਡੀਕ ਸਕਦੇ ਉਹਨੇ ਕਿਹਾ ਵੀ ਜਿਹੜੇ ਇੱਧਰਲੇ ਘੰਟਾ ਘਰ ਚੌਕ ਵਾਲੇ ਤੁਸੀਂ ਕਾਰਵਾਈ ਸ਼ੁਰੂ ਕਰੋ ਬਸ ਇਕੱਲੇ ਅਤੇ ਕੋਈ ਗੱਲ ਨਹੀਂ ਉਹ ਆ ਜਾਣਗੇ ਵੀ ਥੋੜ੍ਹੇ ਬਹੁਤੇ ਲੇਟ ਹੋਣਗੇ ਇਹ ਜਿਹੜੀ ਕਹਾਣੀ ਹੈ ਮਦਰਾਸੀਆਂ ਦੀ ਮਦਰਾਸ ਨੇ ਜਿਹੜਾ ਪਹੁੰਚਣਾ ਸੀ 26 ਮਦਰਾਸ ਨੇ ਉਹ ਆਪਾਂ ਬਾਅਦ 'ਚ ਕਰਾਂਗੇ ਉਹ ਬਹੁਤ ਅਜੀਬ ਅਤੇ ਸ਼ੱਕੀ ਹੈ ਸਭ ਕੁਛ ਪਰ ਜਿਨ੍ਹਾਂ ਨੇ 10 ਵਜੇ ਪਹੁੰਚਣਾ ਸੀ ਉਹ ਸਵੇਰੇ 5 ਵਜੇ ਅੰਦਰ ਵੜੇ 7 ਘੰਟੇ ਲੇਟ ਇਹੀ ਜੀ ਫੋਰਸ ਹੈ ਨਾ ਕੀ ਵਾਪਰਿਆ ਕੀ ਨਹੀਂ ਵਾਪਰਿਆ ਇਹਦੇ 'ਤੇ ਮਿੱਟੀ ਪਾਉਣ ਦੇ ਯਤਨ ਹੁੰਦੇ ਨੇ ਬਾਹਰ ਨਹੀਂ ਦੱਸਿਆ ਜਾਂਦਾ ਹੈ ਨਾ ਵੀ ਕੀ ਗੱਲ ਕੀ ਵਾਪਰ ਗਈ ਸੋ ਬਰਾੜ ਨੇ ਇਹਦੀ ਵਿਆਖਿਆ ਇਹ ਦਿੱਤੀ ਹੈ ਕਿ ਐਕਚੁਅਲੀ ਸਾਨੂੰ ਇਹ ਸੀ ਕਿ ਜਿਹੜਾ ਉਹ ਗੇਟ ਹੈ ਲੋਹੇ ਦਾ ਗੇਟ ਹੈ ਉਹਨੂੰ ਖੋਲ੍ਹ ਕੇ ਅੰਦਰ ਚਲੇ ਜਾਣਾ ਇਹਨਾਂ ਨੇ ਪਰ ਉਹ ਲੋਹੇ ਦਾ ਗੇਟ ਬੜਾ ਔਖਾ ਹੋ ਗਿਆ ਖੋਲ੍ਹਣਾ ਫਿਰ ਟੈਂਕ ਲਿਆ ਕੇ ਟੈਂਕ ਨਾਲ ਉਹ ਗੇਟ ਖੋਲ੍ਹਿਆ ਟੈਂਕ ਕਿਹੜਾ ਕਿਤੋਂ ਹੋਰ ਲਿਆਉਣਾ ਸੀ ਟੈਂਕ ਤਾਂ ਮੂਹਰੇ ਸੀ ਗਈ ਅਤੇ ਉਹ ਕਹਿੰਦਾ ਵੀ ਪਰ ਫਿਰ ਦੇਖਿਆ ਵੀ ਇੰਨੀ ਹੈਵੀ ਫਾਇਰਿੰਗ ਹੋ ਰਹੀ ਹੈ ਲੰਗਰ ਵਾਲੇ ਪਾਸਿਓਂ ਸਰਾਵਾਂ ਵਾਲੇ ਪਾਸਿਓਂ ਹਾਲਾਂਕਿ ਪਹਿਲਾਂ ਸਾਰੇ ਮੋਰਚੇ ਉਹਨਾਂ ਨੇ ਯਕੀਨ ਨਹੀਂ ਕਰ ਲਿਆ ਸੀ ਕਿ ਉਹ ਮੋਰਚੇ ਨਸ਼ਟ ਹੋ ਚੁੱਕੇ ਨੇ ਸੋ ਇਹ ਸਾਰਾ ਕੁਛ ਬੜਾ ਜਿਵੇਂ ਨਾ ਹੁੰਦਾ ਵੀ ਸ਼ੇਡੀ ਸ਼ਰਾਊਡਡ ਇਨ ਡਾਊਟ ਹੈ ਨਾ ਉਹ ਹੈ ਸਾਰਾ ਕੁਛ ਚਲ ਆਪਾਂ ਇਸ ਪੱਖ 'ਚ ਅਜੇ ਨਹੀਂ ਜਾਂਦੇ ਸੋ ਇੱਧਰੋਂ ਜਿਹੜਾ ਹੈਗਾ ਕਮਾਂਡੋਆਂ ਨੇ ਉਹ 10 ਵਜੇ ਜਿਹੜੀ ਪਹਿਲੀ ਪਲਾਟੂਨ ਹੈ ਜਿਹਦੇ 'ਚ ਫਿਰ ਉਹ ਕੈਪਟਨ ਜਸਵੀਰ ਸਿੰਘ ਰੈਣਾ ਜਿਹਨੇ ਪੇਸ਼ਕਸ਼ ਕੀਤੀ ਸੀ ਕਿ ਮੈਂ ਪਹਿਲਿਆਂ 'ਚੋਂ ਹੋਊਂ ਅਤੇ ਮੈਂ ਜਾ ਕੇ ਸੰਤ ਭਿੰਡਰਾਂ ਵਾਲੇ ਨੂੰ ਆਪ ਮਾਰਨਾ ਅਕਾਲ ਤਖ਼ਤ 'ਤੇ ਜਾ ਕੇ ਸੋ ਉਹ ਪਹਿਲਿਆਂ 'ਚ ਸੀ ਉਹ ਇੱਕ ਪੂਰੀ ਪਲਾਟੂਨ ਉਹ ਅੰਦਰ ਦਾਖਲ ਹੋਈ ਉਹਨਾਂ 'ਚੋਂ ਬਹੁਤੇ ਤਾਂ ਪੌੜੀਆਂ ਦੇ ਵਿੱਚ ਹੀ ਮਾਰੇ ਗਏ ਘੰਟਾ ਘਰ ਵਾਲ ਪਾਸੇ ਹਾਂ ਆਪਾਂ ਉਹ ਕੱਲ੍ਹ ਦੱਸ ਚੁੱਕੇ ਹਾਂ ਕਿ ਉੱਥੇ ਮੋਰਚਾਬੰਦੀ ਸੁਵੇਗ ਸਿੰਘ ਨੇ ਕਿਸ ਕਿਸਮ ਦੀ ਕੀਤੀ ਹੋਈ ਸੀ ਕਿ ਬੰਦਾ ਕਿ ਹਵਾ ਵੀ ਨਾ ਨਿਕਲ ਸਕੇ ਅਤੇ ਇਸ ਕਰਕੇ ਉਹ ਤਾਂ ਉੱਥੇ ਇਹ ਸਿਰਫ ਜਿਹੜਾ ਕੈਪਟਨ ਰਹਿਣਾ ਹੈ ਜਸਵੀਰ ਸਿੰਘ ਇਹ ਜ਼ਖਮੀ ਹੋਇਆ ਵੀ ਪਰਕਰਮਾ ਤੱਕ ਪਹੁੰਚ ਗਿਆ ਅੱਛਾ ਹਾਂ ਫਿਰ ਇਹਨੇ ਉੱਥੋਂ ਵੀ ਜਿਵੇਂ ਕਈ ਬੰਦੇ ਹੁੰਦੇ ਆ ਸਿਰੜੀ ਜਨੂਨੀ ਹੁੰਦੇ ਆ ਉਹਨੇ ਉੱਥੋਂ ਵੀ ਮਤਲਬ ਜਿਵੇਂ ਭੱਜ ਕੇ ਜ਼ਖਮੀ ਹਾਲਤ 'ਚ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਫਿਰ ਅੱਗੋਂ ਜਦੋਂ ਆਈ ਬੁਛਾੜ ਗੋਲੀਆਂ ਦੀ ਉਹਦੀਆਂ ਦੋਨੇ ਲੱਤਾਂ ਛਲਨੀ ਹੋ ਗਈਆਂ ਫਿਰ ਉੱਥੇ ਡਿੱਗ ਪਿਆ ਅਤੇ ਫਿਰ ਉਹ ਬਾਹਰ ਸੁਨੇਹੇ ਪਹੁੰਚਦੇ ਸੀ ਪਲ ਪਲ ਸਾਰੇ ਇੰਤਜ਼ਾਮ ਹੁੰਦੇ ਆ ਉਹਨਾਂ ਦੇ ਕਿ ਨਾਲ ਇਹਨਾਂ ਨੇ ਪੂਰੇ ਇੰਤਜ਼ਾਮ ਕੀਤੇ ਹੋਏ ਸੀ ਕਿ ਜ਼ਖਮੀਆਂ ਨੂੰ ਉਹਦੀ ਫਟਾਫਟ ਬਾਹਰ ਕੱਢਿਆ ਜਾਵੇ ਉਹਦੇ ਵਾਸਤੇ ਅਲੱਗ ਟੀਮਾਂ ਸੀ ਉਹਨਾਂ ਦੀ ਟ੍ਰੀਟਮੈਂਟ ਦਾ ਉੱਥੇ ਇੰਤਜ਼ਾਮ ਜਿਨ੍ਹਾਂ ਦਾ ਉੱਥੇ ਨਹੀਂ ਹੋ ਸਕਦਾ ਉਹਦੇ ਵਾਸਤੇ ਚੇਤਕ ਹੈਲੀਕਾਪਟਰ ਜਿਹੜੇ ਅੰਬਾਲੇ ਹਸਪਤਾਲ 'ਚ ਜਿਨ੍ਹਾਂ ਨੇ ਲੈ ਕੇ ਆਉਣਾ ਸੀ ਤੋ ਉਸ ਰਾਤ ਤਾਂ ਜਿਵੇਂ ਚੇਤਕ ਹੈਲੀਕਾਪਟਰ ਐਂ ਫਿਰਦੇ ਸੀ ਘੁੰਮਦੇ ਕਦੇ ਪਟਿਆ ਅੰਬਾਲੇ ਅੰਮ੍ਰਿਤਸਰ ਅੰਬਾਲਾ ਅੰਮ੍ਰਿਤਸਰ ਜਿਵੇਂ ਮੇਲੇ 'ਤੇ ਬੱਸਾਂ ਗੇੜੇ ਦਿੱਤੀਆਂ ਹੁੰਦੀਆਂ ਨਾ ਸਵਾਰੀਆਂ ਨੂੰ ਢੋਂਦੀਆਂ ਅਤੇ ਉਹ ਥੰਭ ਗਏ ਸੀ ਹੈਲੀਕਾਪਟਰ ਸੋ ਇਹ ਇੱਕ ਉਹ ਚੱਲਿਆ
अच्छा अगे प्लैन की सी आपां नूं इह चंगी तरह देखण वाली गल है। प्लैन उन्हां दे इह सी, उन्हां नूं पता सी कि अंदर उन्हां ने मोर्चेबंदी बहुत कीती, अकाल तख्त वालों भी फायर आउणा है, कमरियां दे विच भी मोर्चे बनाए होए ने, उधर सामने वाली जिहड़ी बाही है दखणी उह तों भी फायर आउणा है, दर्शनी ड्योढ़ी च भी मोर्चे है, जिहड़ी शेर सिंह वाली ड्योढ़ी है वी उहदे विच भी मोर्चे है, वी सारे पासों फायर आउणा है। सो ये सोच के उन्होंने ये किया फुरती नाल अंदर बढ़ो तो जाके कमरिया च ग्रनेड सुट्टो तो ब्रस्ट मारी चलो भी ता कि जड़ा अंदर है वह ज्यौदा ना बचे। एक कमरा साफ करो तो थामले ओले ओठ लै लो, इस तरह अगला कमरा साफ करो अगले थामले ओले ओठ लै लो भी ए गोलियां तो बचते ओठ लेंदे लेंदे अगे बधो, पर एक कमरा भी अगे ना बढ़ सके। मतलब कमरा अंदर ग्रनेड भी सुटते सी मतलब गोलियां भी मारते सी, पर जदों ही कोशिश करते सी एक थामले तो भज के दूजे थामले ओले होने की बस वो राह ही रह जाते। सो यह जिहड़ी गोलियां आईया जिन्नियां इस किस्म दियां यह बराड की जां उन्हां दी जो प्लैनिंग सीगी जनरलां दी वो किसी गिणती च नहीं सी भी जदों भी ये किधरों आ रही हैं, जिवें उन्हां नूं मरन वालिआं नूं भी उन्होंने भी जख्मी हालत च कहा हो भी सर सर पता ही नहीं लगता किधरों आ रही हैं। सो इस नूं फिर इहदी एक व्याख्या देण वास्ते जां सारी आपदी ढकण वास्ते भी साडा नुकसान इन्ना क्यों होया, इत्थे बराड ने दो बहुत ही बड़े झूठ बोले है ते दोनों झूठ इन्ने कुडर है भी वह फड़ने बिल्कुल ही औखे नहीं। एक तो उन्हें यह कहा भी सानू यह नहीं सी पता भी उन्होंने हरिमंदर साहब ते भी मोर्चे बनाए है, वह उत्थों सीधा पैंदा उत्थों वह फायरिंग करते ये हुण सारयां नूं पता ग्रंथियां ने किन्नियां इंटरव्यूआं दे लिया सब ने जाके देखिया, ये तो सवाल नहीं सी पैदा हुंदा कि हरिमंदर साहब च कोई मोर्चा कायम किया जाता। एक झूठ दूजा जिहड़ा उन्हें जदों ऐ लग्या भी आ दो घंटिया के जिथे सी भी एक बजे तक अकाल तख्त ते पहुँचना है, एक बजे तक तो वह कमरे तो कमरा नहीं बदह जा रहा, उहदी फिर जिहड़ी उन्हें सफाई दित्ती है स्पष्टीकरण दिता है भी ऐ क्यों हो गया, कहिंदा भी सानू जिहड़ी सी ना खुफिया जानकारी बहुत ही माड़ी सी, कहा सानू तां किसी ने दस्या ही नहीं भी उन्होंने थले सुरंगा बनाईया एक कमरे तो दूजे कमरे नूं अकाल तख्त तक, परिक्रमा दे विच सुरंगा है विच मैन होल है, तो जो कमरे चो मारे जाते सी जां पहले ही वह मैन होल राही सुरंग च बढ़ जाते सी वो चो अचानक निकल के ग्रनेड सुट के फिर अंदर बढ़ जाते सी। हुण तुसीं बल कोई भी बंदा दिमाग होवे सोचे उत्थे सुरंगा पट्टणियां पॉसीबल सी, रोज़ संगत जाती है कोई उजाड़ नहीं गुरु अपना हरिमंदर साहब भी संगत रोज़ जाती है तो वह कदों सुरंगा पट लिया कि कोई एवं चूहे की खुड सी भी दो मिनट लग्या कि रात को नेरे च पुट लिया एडी बड़िया सुरंगा मैन होल जे वो सो वह कदों पुट लिया। चलो जे मन लिए सी तो जदों कब्जा कर लिया इन्होंने दरबार साहब तो इन्होंने एक एक चीज़ दिखाई टैलीविजन पर, फिर एड्डी वड्डी गल जिहड़ी तुसीं झूठ बोल रहे हो उहदा कोई सबूत उत्थे दिओ ना भी देखो जी आ आ। सो जदों मैं इह सुनी मतलब जिद्दां बराड़ बोलिया जिद्दां कब्जा करन तों बाद अकाल तख्त दे सामने खड़ के उदों ही बड़ा हासा आया यार परिक्रमा दे विच किहड़ियां, मैं थोड़ा शक पिया मैं किस तों पुछा भी यार कितें कोई इही जी गल तां नहीं सी, उह कहिंदा भी एड्डी क खाली सी जिहड़ी उह पाणी लंघाउण वास्ते इशनान कर जां परिक्रमा साफ करते हैं ना वो एड्डी क खाली है दसो कि टनल है तो कि उत्थे मैन होल है। सो गल हुई कि वह ना समझ लो 12:30 बजे तक उन्हों का कोई फौ ना पिया, फिर उन्होंने स्कीम यह सी भी जेडे 10 गार्ड्स वाले वह कमरे साफ करते जाएंगे तो पैरा कमांडो जड़े न ते एस एफ एफ वाले फिर वह एकदम शूट पट के जाएंगे अकाल तख्त ते उत्थे जाके एस एफ एफ ने उहदे गैस दे जहरीली दे गोले सुटने सी ते दूजा ने उत्थे गोली भराउणी सी भी असीं नेड़े जाके फिर अकाल तख्त ते दोन्हीं पासिओं दे कब्जा हो जाएंगे, मतलब प्लैन यह सी। सो वह जो 10 गार्ड आ कवरिंग फायर ही दे रहे थे बदलना तो अगे कमांडोज ने सी पर
ਇਹ ਉਹਦੇ 'ਚ ਬਹੁਤਾ ਕਾਮਯਾਬ ਨਾ ਹੋਈ। ਫਿਰ ਬਰਾੜ ਨੇ ਉਹਨਾਂ ਨੂੰ ਹਦਾਇਤ ਦਿੱਤੀ 12:30 ਵੀ ਤੁਸੀਂ ਅੱਗੇ ਵਧਣ ਵਾਲਾ ਕੰਮ ਛੱਡ ਦਿਓ, ਤੁਸੀਂ ਜਿਹੜੀਆਂ ਉੱਪਰਲੀਆਂ ਮੰਜ਼ਲਾਂ ਪਹਿਲੀ ਅਤੇ ਦੂਜੀ ਮੰਜ਼ਲ ਉਹ 'ਤੇ ਕਬਜ਼ੇ ਕਰੋ, ਉੱਥੋਂ ਫਾਇਰਿੰਗ ਹੋਊਗੀ। ਫਿਰ ਉਹਦੇ ਵਾਸਤੇ ਫਟਾਫਟ ਅਲਮੀਨੀਅਮ ਦੀਆਂ ਪੌੜੀਆਂ ਅੰਦਰ ਪਜਾਈਆਂ ਅਤੇ ਉਹ 'ਤੇ ਚੜ੍ਹ ਕੇ ਫਿਰ ਉਹ ਇਸ ਕੰਮ 'ਚ ਲੱਗ ਗਈ। ਉਹਦੇ 'ਚ ਉਹ ਦੋ ਘੰਟੇ ਮਤਲਬ ਸਮਝ ਲਓ ਘੰਟੇ ਦੋ ਘੰਟਿਆਂ ਬਾਅਦ ਉਹ ਕਾਮਯਾਬ ਹੋ ਗਏ, ਕਿਉਂਕਿ ਉੱਪਰ ਉਸ ਤਰ੍ਹਾਂ ਦੀ ਕੋਈ ਮੋਰਚਾਬੰਦੀ ਸ਼ਾਇਦ ਨਹੀਂ ਹੋਣੀ ਅਤੇ ਉੱਪਰਲੇ ਉਹ ਕਮਰੇ ਉਹਨਾਂ ਨੇ ਕੁਛ ਚਿਰ ਬਾਅਦ ਇਹ ਕਹਿ ਲਓ ਕਿ ਕੰਟਰੋਲ 'ਚ ਲੈ ਲਏ। ਅਤੇ ਜਦੋਂ ਹੇਠੋਂ ਉਹ ਜਾਂਦੇ ਸੀ ਫਿਰ ਵਾਰ ਵਾਰ ਕੋਸ਼ਿਸ਼ਾਂ ਕੀਤੀਆਂ ਕਿ ਸ਼ੂਟ ਵੱਟੋ ਇੱਕ ਸਾਹਮਣੇ ਤੋਂ ਦੂਜੇ, ਦੂਜੇ ਤੋਂ ਤੀਜੇ, ਜਾਂ ਕਰੋਲਿੰਗ ਕਰਕੇ ਵੀ ਪੇਟ ਪਰਨੇ ਹੋ ਕੇ ਕੂਹਣੀਆਂ ਰਾਹੀਂ ਵੀ ਤਾਂ ਕਿ ਸਿੱਧੀ ਗੋਲੀ ਨਾ ਆਵੇ। ਫੌਜ 'ਚ ਇਸ ਤਰ੍ਹਾਂ ਹੀ ਹੁੰਦਾ ਕਿ ਫੈਰ ਤੋਂ ਬਚਣ ਵਾਸਤੇ ਧਰਤੀ 'ਤੇ ਲੇਟ ਕੇ ਹੌਲੀ ਹੌਲੀ ਰੀਂਘ ਕੇ ਅੱਗੇ ਵਧੋ। ਉਹ ਉਹਨਾਂ ਨੇ ਅਜਮਾਇਆ। ਉਹ ਫਿਰ ਬਾਅਦ 'ਚ ਪਤਾ ਲੱਗਿਆ ਕਿ ਉਸ ਬਰਾਂਡੇ ਦੇ ਸਿਰੇ 'ਤੇ ਜਨਰਲ ਸੁਵੇਗ ਸਿੰਘ ਨੇ ਇੱਕ ਮਸ਼ੀਨ ਗਨ 9 ਇੰਚ ਉੱਚੀ ਧਰਤੀ ਤੋਂ ਫਿੱਟ ਕੀਤੀ ਹੋਈ ਸੀ। ਉਹਨੂੰ ਪਤਾ ਸੀ ਵੀ ਜੇ ਰੀਂਘ ਕੇ ਆਉਣਗੇ ਤਾਂ ਵੀ ਅਤੇ ਜੇ ਭੱਜ ਕੇ ਆਉਣਗੇ ਤਾਂ ਵੀ, ਫਿਰ ਲੱਤਾਂ ਨਹੀਂ ਖਾਲੀ ਸੇਫ, ਲੱਤਾਂ ਨਹੀਂ ਛੱਡਣੀਆਂ, ਅਤੇ ਜੇ ਰੀਂਘ ਕੇ ਆਉਣਗੇ ਫਿਰ ਸਿਰ 'ਤੇ ਮੋਢੇ, ਫਿਰ ਤਾਂ ਸਭ ਕੁਛ ਹੀ ਉਹਦੇ। ਸੋ ਇਹ ਉਹਨਾਂ ਨੂੰ ਨਹੀਂ ਸੀ ਪਤਾ ਬਹੁਤ ਚਿਰ ਨਾਲ ਉਹਨਾਂ ਨੂੰ ਵੀ ਗੱਲ ਗੋਲੀ ਕਿੱਥੋਂ ਆ ਰਹੀ ਹੈ, ਇੱਥੇ ਕਿੰਨਾ ਕੁ ਨੁਕਸਾਨ ਹੋਇਆ ਜਿਹੜਾ ਕਮਾਂਡੋ। ਦੇਖੋ ਕਦੇ ਵੀ ਕੋਈ ਫੌਜ ਇਹ ਦੱਸਦੀ ਨਹੀਂ ਹੁੰਦੀ, ਅਫੀਸ਼ਲੀ ਜੋ ਉਹਨਾਂ ਨੇ ਕਿਹਾ ਉਹ ਤਾਂ ਬਹੁਤ ਘੱਟ ਹੈ। ਪਰ ਉਂਝ ਦੂਜੀ ਗੱਲ ਇਹ ਹੈ ਕਿ ਜਿਹੜੇ ਉੱਥੇ ਉਹਨਾਂ ਨੇ ਬੰਦੇ ਮਾੜੇ ਬਾੜੇ ਉਹ ਬਹੁਤ ਕੀਮਤੀ ਸੀ, ਉਹ ਐਂ ਨਹੀਂ ਵੀ ਉਹ ਮੁਰਗਾਬੀਆਂ ਵਾਂਗੂ ਮਰਵਾਈ ਜਾਣ, ਰੁਕਦੇ ਸੀ ਫਿਰ ਸੋਚਦੇ ਸੀ ਵੀ ਕਿਵੇਂ ਕਰੀਏ। ਪਰ ਇਹ ਵੀ ਜਿਹੜੀਆਂ ਪਹਿਲਾਂ 3 ਕੰਪਨੀਆਂ ਅੰਦਰ ਵੜੀਆਂ ਉਹ 3 ਸਾਫ਼ ਹੋ ਗਈਆਂ ਸੀਗੀਆਂ। ਸੋ ਉਹ ਫਿਰ ਇਹ ਹੈ ਵੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਯਾਰ ਇਕੱਲੀ ਹੇਠੋਂ ਨਹੀਂ ਗੋਲੀ, ਜਿਵੇਂ ਹੁੰਦਾ ਨਾ ਵੀ ਯਾਰ ਕਿਸੇ ਅਣਜਾਣੇ ਮੰਡਲ 'ਚੋਂ ਗੋਲੀ ਆ ਰਹੀ ਹੈ, ਉਹਦਾ ਭੈ ਬੜਾ ਹੁੰਦਾ ਵੀ ਆ ਕਿੱਥੋਂ ਰਹੀ ਹੈ। ਸੋ ਇਹ ਤਾਂ ਗੱਲਾਂ ਮਤਲਬ ਜਿਵੇਂ ਕੋਈ ਚਮਤਕਾਰ ਵੀ ਹੋਏ ਨੇ ਉੱਥੇ ਨਾ ਇਸ ਕਿਸਮ ਦੇ। ਅਤੇ ਉਹ ਗੋਲੀਆਂ ਫਿਰ ਉਹਨਾਂ ਦੇ ਵਿੱਚ ਘਬਰਾਹਟ ਬਹੁਤ ਫੈਲੀ ਵੀ ਹੁਣ ਕੀ ਕੀਤਾ ਜਾਵੇ। ਫਿਰ ਉਹਨਾਂ ਦਾ ਜਿਹੜਾ ਕਮਾਂਡਰ ਸੀਗਾ ਇਸਰਾਰ ਖਾਨ ਕਰਨਲ ਮੁਸਲਮਾਨ ਸੀ, ਉਹਨੂੰ ਬਰਾੜ ਨੇ ਕਿਹਾ ਵੀ ਤੁਸੀਂ ਹੁਣ ਇਸ ਤਰ੍ਹਾਂ ਕਰੋ ਵੀ ਇਹਨਾਂ ਕਮਰਿਆਂ ਵਿੱਚ ਦੀ ਹੋ ਕੇ ਸਿਰੇ 'ਤੇ ਪਹੁੰਚੋ ਬਰਾਂਡੇ ਦੇ, ਉੱਥੋਂ ਤੁਸੀਂ ਉੱਪਰ ਚੜ੍ਹੋ ਪੌੜੀਆਂ ਰਾਹੀਂ, ਅਤੇ ਜਿਹੜੇ ਬੰਦੇ ਪਹਿਲਾਂ ਉੱਪਰ ਚੜ੍ਹ ਗਏ ਉਹਨਾਂ ਨਾਲ ਰਾਬਤਾ ਬਣਾਓ ਤਾਂ ਕਿ ਫਿਰ ਤੁਸੀਂ ਉੱਥੋਂ ਫੈਰ ਖੋਲ੍ਹੋ ਅਕਾਲ ਤਖ਼ਤ ਉੱਤੇ, ਅਤੇ ਸਾਹਮਣੇ ਜਿਹੜਾ ਉਹ ਦੱਖਣੀ ਪਾਸਾ ਹੈ ਉਹਦੇ 'ਤੇ ਜਿਹੜੇ ਉਹਨਾਂ ਦੇ ਮੋਰਚੇ ਨੇ ਉਹ ਨਿਊਟਰਲਾਈਜ਼ ਕਰੋ। ਇਹ ਉਹਨਾਂ ਨੇ ਫਿਰ ਉਹਨਾਂ ਨੂੰ ਹਦਾਇਤ ਦਿੱਤੀ। ਇਹਦੇ 'ਚ ਉਹ ਉਹਨਾਂ ਨੇ ਮਤਲਬ 2 ਭੇਜੀਆਂ ਕੰਪਨੀਆਂ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਫੁਰਤੀ ਨਾਲ ਉੱਥੋਂ ਤੱਕ ਉਹ ਪਹੁੰਚ ਗਈਆਂ ਸਿਰੇ ਤੱਕ। ਸਿਰੇ ਜਾ ਕੇ ਉਹਨਾਂ ਨੇ ਫਿਰ ਪੌੜੀਆਂ ਚੜ੍ਹ ਕੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ, ਉਹ ਸਾਰੀ ਪੌੜੀਆਂ 'ਚ ਮਾਰਤੇ, ਉਹਨਾਂ 'ਚ ਕੋਈ ਵੀ ਨਹੀਂ ਵੱਸ ਸਕਿਆ। ਫਿਰ ਇਹ ਸਕੀਮ ਛੱਡਤੀ ਉਹਨਾਂ ਨੇ ਵੀ ਇਹ ਨਹੀਂ ਹੋਣੀ। ਫਿਰ ਇਹ ਸੀ ਕਿ ਹੁਣ ਕੀ ਕਰੀਏ। ਅਤੇ ਉੱਧਰੋਂ ਜਿਹੜਾ ਬਰਾੜ ਆ ਉਹ ਵਾਰ ਵਾਰ 26 ਗਾਰਡਸ ਜਿਹੜੀ ਹੈਗੀ ਆਪਣੀ ਦੂਜੀ ਮਦਰਾਸੀ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਅੰਦਰ ਕੀ ਗੱਲ ਹੋ ਗਈ ਵੀ ਅੰਦਰ ਕਿਉਂ ਨਹੀਂ ਵੜ ਰਹੇ। ਹੁਣ ਇਹਦੇ ਬਾਰੇ ਦੇਖੋ ਕੁਛ ਨਹੀਂ ਉਹਨੇ ਲਿਖਿਆ, ਜਿਹੜਾ ਉਹਨੇ ਲਿਖਿਆ ਉਹ ਬਹੁਤ ਸ਼ੱਕੀ ਹੈ, ਉਹ ਮੰਨਣ ਨੂੰ ਨਹੀਂ ਆਉਂਦਾ ਵੀ ਪਹਿਲਾਂ ਉਹਨਾਂ ਨੇ ਉੱਧਰ ਦੀ ਵੜਨ ਦੀ ਕੋਸ਼ਿਸ਼ ਕੀਤੀ ਸਰਾਮ ਵਾਲੇ ਗੇਟ ਰਾਹੀਂ, ਪਰ ਉੱਥੇ ਬਹੁਤ ਔਖਾ ਸੀਗਾ ਅੰਦਰ ਵੜਨਾ। ਫਿਰ ਉਹ ਪਿੱਛੇ ਦੀ ਹੋ ਕੇ ਆਟਾ ਮੰਡੀ ਵਿੱਚ ਦੀ ਹੋ ਕੇ ਉਹਨਾਂ ਨੂੰ ਇੱਕ ਰਸਤਾ ਮਿਲ ਗਿਆ ਛੋਟਾ ਜਿਹਾ, ਉਹਦੇ ਰਾਹੀਂ ਉਹ ਪਰਕਰਮਾਂ 'ਚ ਵੜਨ ਦੀ ਕੋਸ਼ਿਸ਼ ਕਰਦੇ ਰਹੇ, ਜਿਵੇਂ ਸਵੇਰੇ 5 ਵਜੇ ਤੱਕ ਉਹ ਆਹੀ ਕੋਸ਼ਿਸ਼ਾਂ ਕਰਦੇ ਰਹੇ। ਐਕਚੁਅਲੀ ਮੈਨੂੰ ਜਿੰਨਾ ਕੁ ਪਤਾ ਲੱਗਿਆ ਇਹ ਹੈ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਸਰਾਮ ਵਾਲੇ ਪਾਸਿਓਂ ਜਿਹੜਾ ਲੰਗਰ ਵਾਲੇ ਪਾਸੇ ਦਾ ਗੇਟ ਹੈ, ਜਦੋਂ ਹੀ ਉਹ ਕਦਮ ਧਰਦੇ ਸੀ ਪਰਕਰਮਾਂ 'ਚ ਉਹਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਕਿੱਧਰੋਂ ਆਈਆਂ ਗੋਲੀਆਂ, ਉਹ ਉੱਥੇ ਢੇਰੀ ਹੋ ਜਾਂਦੇ। ਉਹ ਫਿਰ ਮੈਨੂੰ ਬਾਅਦ 'ਚ ਉੱਥੋਂ ਕੁਛ ਜਿਹੜੇ ਜਾਣਕਾਰਾਂ ਨੇ ਦੱਸਿਆ ਕਿ ਜਿਹੜਾ ਉਹ ਕੋਨੇ ਦੇ ਵਿੱਚ ਪਿਆਓ ਹੈ ਨਾ ਪਾਣੀ ਵਾਲਾ, ਹਾਂਜੀ ਹਾਂਜੀ, ਉਹਦੇ 'ਚ ਬਹੁਤ ਹੀ ਲੁਕਵਾਂ ਮੋਰਚਾ ਸੀ ਜਿਹਦਾ ਪਤਾ ਹੀ ਨਹੀਂ ਸੀ ਲੱਗਦਾ, ਨਾ ਉੱਥੇ ਗੋਲੀ ਜਾ ਸਕਦੀ ਸੀ, ਉਹ ਖੁੰਝਾ ਹੈ।
ਬਸ ਉੱਥੇ ਕਹਿੰਦੇ ਪਤਾ ਨਹੀਂ ਉਹਨਾਂ ਨੇ ਕੋਈ ਬੰਦਾ ਲੰਘਣ ਨਹੀਂ ਦਿੱਤਾ। ਉਹਦੇ ਨਾਲ ਹੀ ਜਿਹੜਾ ਜਥੇਦਾਰ ਮੋਹਨ ਸਿੰਘ ਦਾ ਕਮਰਾ ਸੀ, ਮੋਹਨ ਸਿੰਘ ਮੁੜ ਕੇ ਹੈੱਡ ਗ੍ਰੰਥੀ ਵੀ ਬਣਿਆ ਅਤੇ ਉਹਦੇ ਵਿੱਚ ਵੀ ਬਹੁਤ ਸਾਰੇ ਉੱਥੋਂ ਦੀ ਬਹੁਤ ਸਿੰਘ ਨਿਕਲੇ ਬਾਅਦ ਦੇ ਵਿੱਚ ਪਿੱਛੇ ਆਟਾ ਮੰਡੀ ਵੱਲ ਦੀ ਹੋ ਕੇ। ਸੋ ਉਹਨੇ ਵੀ ਦੱਸਿਆ ਉਹ ਉਦੋਂ ਉੱਥੇ ਹੀ ਸੀਗਾ। ਸੋ ਉੱਥੇ ਬੰਦੇ ਫਿਰ ਬਹੁਤ ਮਰੇ। ਮਤਲਬ ਮੇਰੀ ਜਿਹੜੀ ਅਸੈਸਮੈਂਟ ਆ ਉਹ ਇਹ ਹੈ ਕਿ ਉਹ ਦਹਿਲ ਇੰਨੇ ਗਏ, ਉਹਨਾਂ ਦਾ ਹੌਂਸਲਾ ਨਹੀਂ ਸੀ ਪੈਂਦਾ ਅੰਦਰ ਜਾਣ ਦਾ ਵੀ ਅੰਦਰ ਕਿਵੇਂ ਵੜ ਗਏ। ਉਹਨਾਂ ਦੇ ਨਾਲ ਹੀ ਗੋਤਾਖੋਰਾਂ ਨੇ ਜੜਨਾ ਸੀ। ਸੋ ਦੋਵਾਂ ਨੇ ਉੱਥੋਂ ਦੀ ਐਂਟਰ ਹੋ ਕੇ ਗੋਤਾਖਾਰ ਕਹਿੰਦੇ ਗੋਤਾਖੋਰ ਸਰੋਵਰ ਤੱਕ ਨਹੀਂ ਕੋਈ ਪਹੁੰਚ ਸਕਿਆ ਅਤੇ ਉਹ ਉਹਨਾਂ ਨੇ ਉੱਥੇ ਪਹੁੰਚਣਾ ਸੀਗਾ ਸਿਰੇ ਤੱਕ ਜਾ ਕੇ ਵੀ ਇੱਧਰੋਂ ਟੈਨ ਗਾਰਡਸ ਜਾਣਗੇ ਘੰਟਾ ਘਰ ਵਾਲੇ ਪਾਸਿਓਂ, ਉੱਧਰੋਂ ਉਹ ਜਾਣਗੇ। ਸੋ ਦੋਵੇਂ ਪਾਸਿਆਂ ਤੋਂ ਜਾ ਕੇ ਅਕਾਲ ਤਖ਼ਤ 'ਤੇ ਇਕੱਠੀ ਹੈਵੀ ਫਾਇਰਿੰਗ ਕਰਾਂਗੇ, ਦੋ ਪਾਸੇ ਧਿਆਨ ਵੰਡਿਆ ਜਾਊ ਅਤੇ ਫਿਰ ਜਿਹੜੇ ਐੱਸ ਐੱਫ ਐੱਫ ਅਤੇ ਪੈਰਾ ਕਮਾਂਡੋ ਹੈ ਉਹ ਇੱਕਦਮ ਫੁਰਤੀ ਨਾਲ ਆਉਣਗੇ, ਜ਼ਹਿਰੀਲੀ ਗੈਸ ਛੱਡੀ ਜਾਊ। ਈਵਨ ਉੱਥੇ ਉਹਨਾਂ ਨੇ ਸਟੰਨ ਗਰਨੇਡ ਵਰਤਣ ਦਾ ਫੈਸਲਾ ਕੀਤਾ ਸੀ, ਜਿਹੜੇ ਵਰਤੇ ਵੀ ਗਏ। ਹੁਣ ਸਟੰਨ ਗਰਨੇਡ ਜਿਹੜੇ ਹੁੰਦੇ ਨੇ ਇਹ ਬਰਤਾਨੀਆ ਨੇ ਆਇਰਲੈਂਡ 'ਚ ਵਰਤੇ ਸੀ। ਉਹ ਇਹ ਹੁੰਦਾ ਕਿ ਉਹ ਇੱਕ ਧਮਾਕਾ ਕਰਦਾ ਏਡਾ ਡਰਾਉਣਾ ਕਿ ਬੰਦਾ ਕੁਛ ਚਿਰ ਵਾਸਤੇ ਜਿਵੇਂ ਬੁੱਧ ਸੁੱਧ ਖੋ ਬਹਿੰਦਾ, ਗੁੰਮ ਹੋ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ। ਕਹਿੰਦੇ ਬੰਦੇ ਆਪਦੇ ਨਾਂ ਵੀ ਭੁੱਲ ਜਾਂਦੇ। ਉਹ ਜਿਹੜਾ ਖੜਾਕ ਦਾ ਉਸਦਾ ਨਾ ਏਡਾ ਅਸਰ ਹੁੰਦਾ ਦਿਮਾਗ 'ਤੇ, ਕਿਤੇ ਉਹਨੂੰ ਇਹ ਸੀ ਵੀ ਉਹਦੇ ਨਾਲ ਨਕਾਰਾ ਕਰੀਏ ਇਹਨਾਂ ਨੂੰ ਨਾ ਕੋਈ ਉਹਦਾ, ਪਰ ਉਹ ਨੇੜਿਓਂ ਜਾ ਕੇ ਚਲਾਉਣੇ ਸੀ ਅਤੇ ਜਿਹੜੇ ਗੈਸ ਦੇ ਕਨਿਸਟਰ ਆ ਉਹ ਵੀ ਨੇੜੇ ਜਾ ਕੇ, ਉਹ ਨੇੜੇ ਜਾਣ ਨਹੀਂ ਸੀ ਦਿੰਦੇ। ਸੋ ਇਹ ਸਿਲਸਿਲਾ ਜੀ ਚੱਲਦਾ ਰਿਹਾ ਅਤੇ ਤਕਰੀਬਨ ਰਾਤ ਦੇ 2 ਵੱਜ ਗਏ ਅਤੇ 2 ਵਜੇ ਤਾਂ ਉਹਨਾਂ ਨੇ ਕੰਮ ਨਿਬੇੜ ਕੇ ਤਲਾਸ਼ੀਆਂ ਦਾ ਕੰਮ ਸ਼ੁਰੂ ਕਰ ਲੈਣਾ ਸੀ ਜੋ ਪਲੈਨ ਸੀ ਉਹਨਾਂ ਦੀ। ਫਿਰ ਕੀ ਹੋਇਆ ਵੀ ਉਹਨਾਂ ਨੇ ਕਿਹਾ ਵੀ ਚਲੋ ਹੁਣ ਜਾਂ ਬਾਜ ਕੋਸ਼ਿਸ਼ ਕਰੋ ਕਿਵੇਂ ਨਾ ਕਿਵੇਂ, ਕਿਉਂਕਿ ਹੁਣ ਇੱਕ ਪਾਸਾ ਤਾਂ ਉਹਨਾਂ ਦੇ ਹੱਥ 'ਚ ਆ ਗਿਆ ਜਿਹੜਾ ਘੰਟਾ ਘਰ ਵਾਲਾ ਪਾਸਾ, ਉਹ ਸਾਰੀਆਂ ਪ੍ਰਕਰਮਾ ਉੱਪਰਲੇ ਕਮਰੇ ਉੱਥੋਂ ਦੀ, ਫਿਰ ਹੌਲੀ ਹੌਲੀ ਅੱਗੇ ਵੱਧਦੇ ਦੂਜੇ ਕਮਰੇ ਵੀ ਜਿਹੜੇ ਉਸ ਬਾਹੀ 'ਤੇ ਅਕਾਲ ਤਖ਼ਤ ਸਾਹਿਬ ਤੱਕ। ਮਤਲਬ ਫਿਰ ਉਹਨਾਂ ਨੇ ਜਿਵੇਂ ਅਖੀਰ ਨੂੰ ਜਾ ਕੇ ਅਕਾਲ ਤਖ਼ਤ ਸਾਹਿਬ ਤੱਕ ਪ੍ਰਕਰਮਾ ਦਾ ਇਹ ਹਿੱਸਾ ਆਪਣੇ ਕਬਜ਼ੇ 'ਚ ਕਰ ਲਿਆ। ਦੂਜੇ ਪਾਸੇ ਘੰਟਾ ਘਰ ਚੌਕ ਵਾਲੇ ਪਾਸਿਓਂ ਅੰਦਰ ਵੜ ਕੇ ਜਦੋਂ ਖੱਬੇ ਪਾਸੇ ਜਾਂਦੇ ਹਾਂ ਬ੍ਰਹਮ ਬੂਟੇ ਅਖਾੜੇ ਵਾਲ ਸਾਈਡ ਨੂੰ, ਉਹ ਉਹਨਾਂ ਨੇ ਬਹੁਤ ਛੇਤੀ ਘੰਟੇ 'ਚ ਹੀ ਉਹ ਕਬਜ਼ਾ ਕਰ ਲਿਆ ਸੀ। ਉਹਦਾ ਕਾਰਨ ਇਹ ਸੀ ਕਿ ਸ਼ਾਇਦ ਸੁਵੇਕ ਸਿੰਘ ਨੇ ਉਸ ਨੂੰ ਬਹੁਤੀ ਅਹਿਮੀਅਤ ਦਿੱਤੀ ਨਹੀਂ ਸੀ ਕਿ ਉੱਧਰ ਜਾਂਦੇ ਚਲੀ ਜਾਣ, ਅਕਾਲ ਤਖ਼ਤ ਵੱਲ ਨਹੀਂ ਵਧਣ ਦੇਣਾ। ਸੋ ਸਾਰੀ ਇੰਨੀ ਤਾਂ ਫੋਰਸ ਰਹਿਣੀ ਸੀ ਵੀ ਚਾਰੇ ਪਾਸੇ ਜਿੰਨੀ ਕੁ ਸੀ ਉਹਨੂੰ ਸਰਫੇ ਨਾਲ ਵਰਤਣਾ ਸੀ, ਉੱਧਰ ਉਹਨਾਂ ਨੇ ਕੋਈ ਬਹੁਤੀ ਮੋਰਚਾਬੰਦੀ ਨਹੀਂ ਸੀ ਕੀਤੀ। ਸੋ ਉਹ ਹੁਣ ਸਾਰਾ ਹਿੱਸਾ ਉਹਨਾਂ ਦੇ ਕਬਜ਼ੇ 'ਚ ਸੀਗਾ ਅਤੇ ਫਿਰ ਉਹਨਾਂ ਨੇ ਉਹ ਕੀਤਾ। ਇਸੇ ਦੌਰਾਨ ਫਿਰ ਮਤਲਬ ਉਹਨਾਂ ਦੇ ਕੁਛ ਬੰਦੇ ਦਰਸ਼ਨੀ ਡਿਊਟੀ 'ਚ ਜਾ ਵੜੇ, ਗੋਲੀਆਂ ਖਾਂਦੇ ਮਰਦੇ ਅਤੇ ਉਹ ਪਰ ਬਰਾੜ ਕਹਿੰਦਾ ਵੀ ਅਕਾਲ ਤਖ਼ਤ ਸਾਹਿਬ ਤੋਂ ਏਡੀ ਫਾਇਰਿੰਗ ਹੋ ਰਹੀ ਸੀ ਜਿਹੜੀ ਜ਼ਿੰਦਗੀ 'ਚ ਕਦੇ ਦੇਖੀ ਨਹੀਂ। ਪਰ ਉਹ ਉੱਥੇ ਜਾ ਵੜੇ, ਫਿਰ ਖਾੜਕੂਆਂ ਦੇ ਫੈਰ ਉੱਧਰ ਨੂੰ ਧਿਆਨ ਵੰਡਿਆ ਗਿਆ, ਉਹਦਾ ਫਾਇਦਾ ਉਠਾ ਕੇ ਇਹ ਜਿਹੜੇ ਐੱਸ ਐੱਫ ਐੱਫ ਅਤੇ ਪੈਰਾ ਕਮਾਂਡੋ ਹੈ ਉਹ ਜਿਹੜਾ ਨਿਸ਼ਾਨ ਸਾਹਿਬ ਦੇ ਨਾਲ ਵਾਲੀ ਬਿਲਡਿੰਗ ਹੈ ਜਾਂਦਿਆਂ ਨੂੰ ਸੱਜੇ ਹੱਥ, ਉਸ ਬਿਲਡਿੰਗ 'ਚ ਪਹੁੰਚ ਗਏ। ਉਸ ਬਿਲਡਿੰਗ 'ਚ ਪਹਿਲੀ ਮੰਜ਼ਿਲ 'ਤੇ ਜਾ ਕੇ ਪੁਜੀਸ਼ਨਾਂ ਲੈ ਲਈਆਂ, ਫਿਰ ਉੱਥੋਂ ਉਹਨਾਂ ਨੇ ਫਾਇਰਿੰਗ 10 ਗਾਰਡਸ ਵੀ ਉੱਥੇ ਪਹੁੰਚ ਗਏ ਪਹਿਲਾਂ, ਉਹਨਾਂ ਨੇ ਕਵਰਿੰਗ ਫਾਇਰ ਦਿੱਤੀ। ਫਿਰ ਜਿਹੜੇ ਹੈਗੇ ਨੇ ਪੈਰਾ ਕਮਾਂਡੋ ਅਤੇ ਐੱਸ ਐੱਫ ਐੱਫ ਉਹ ਬਰਾਂਡੇ ਤੱਕ ਪਹੁੰਚ ਗਏ, ਬਿਲਕੁਲ ਅਕਾਲ ਤਖ਼ਤ ਦੇ ਸਾਹਮਣੇ। ਪਰ ਉੱਥੋਂ ਉਹ ਗੈਸ ਦੇ ਗੋਲੇ ਸੁੱਟਣੇ ਔਖੇ ਸੀ ਤਾਂ ਉਹ ਬੰਦੂਕਾਂ ਰਾਹੀਂ ਮਾਰਨੇ ਵੀ ਆਪਣੀਆਂ ਵਾਰੀਆਂ ਜਿੱਥੇ ਮੋਰਚੇ 'ਚੋਂ ਕੋਈ ਰਾਹ ਦਿਸਦਾ ਉੱਥੇ ਮਾਰੋ, ਖਿੜਕੀ ਦਿਸਦੀ ਆ ਉੱਥੇ ਵੀ ਤਾਂ ਕਿ ਅੰਦਰ ਜਾਵੇ, ਬਾਹਰ ਨਹੀਂ ਸੀ ਉਹਦਾ ਕੋਈ ਫਾਇਦਾ, ਉਹ ਤਾਂ ਅੰਦਰ ਸੁੱਟਣਾ ਸੀ ਬਾਹਰ ਤਾਂ ਸਗੋਂ ਆਪਣਾ। ਹਾਂ, ਪਰ ਉੱਥੋਂ ਹੁਣ ਕੋਈ ਨਿਸ਼ਾਨਾ ਨਹੀਂ ਸੀ ਬਣਦਾ, ਨਿਸ਼ਾਨਾ ਬਣਦਾ ਸੀ ਦਰਸ਼ਨੀ ਡਿਊਟੀ ਤੋਂ। ਫਿਰ ਕਹਿੰਦੇ ਵੀ ਉਹਨਾਂ ਨੇ ਨਾ ਜਾ ਕੇ ਇੱਕ ਮੌਕੇ 'ਤੇ ਜਾ ਕੇ ਜਿਹੜੇ ਉਹ ਐੱਸ ਐੱਫ ਐੱਫ ਅਤੇ ਪੈਰਾ ਕਮਾਂਡੋ ਸੀਗੇ ਉਹਨਾਂ ਨੇ ਜਿਵੇਂ ਸੀਸ ਤਲੀ 'ਤੇ ਰੱਖ ਕੇ ਦਰਸ਼ਨੀ ਡਿਊਟੀ ਵੱਲ ਨੂੰ ਇੱਕ ਇੱਕ
अटैम्प्ट की जिवें ताल ला के जाते भज के, पर वह अद्धे राह च मर गए। बाकी दे दर्शनी ड्योढ़ी तक नहीं पहुँच सके, वह राह च उन्होंने रुकना पिया। उत्थों ही खड़ के उन्होंने वह सुटने की कोशिश की, पर उत्थे कामयाब ना होए। फिर बहुते मर गए, कुछ जख्मी हो गए, तो वापस बरांडे च फिर आ गए। उत्थों फिर कोशिश की। हुण बराड़े कहिंदा भी सानू यह सी कि उदों नू गोताखोर भी उत्थे दर्शनी ड्योढ़ी च आके उन्हां नाल मिल जाणगे। हुण जे उह दरबार साहब की रक्षा लई आए होंदे उत्थे तां उन्हां दा कोई कम नहीं सी। सो इट मीनस वह कमांडो ही सीगे, लड़ाई का पार्ट सीगे, ते बस एक रणनीति यह सी कि वह पानी राही आउण ते इस तरह वह अगे वधण। सो यह एक जिहड़ा सीगा मतलब अद्धी रात टप गई। फिर 26 मद्रास नूं हदायत दित्ती भी छेती आओ, भी नहीं तो हुण काम खराब है, इधरों वधण नहीं दे रहे, जिन्ना चिर उधर ध्यान नहीं वंडिया जाता परली बाही ते। पर वह फिर ना आए। गार्ड दियां जिहड़ियां तीन कंपनियां वह कंडम हो गई सी ये सारे ऑपरेशन च। जिहड़ा उन्हां दा कमांडर सी अपने करनल इसरार खान, उसने बहुत कोशिश की। चलो उन्हें कमरे चा चल मल ले सीगे उपरले, ते पर वह उत्थों तक फिर भी ना, अकाल तख्त साहब तक जिहड़ा कब्जा जाके कुछ उन्हें मलणियां सी पोजीशनां, वो ना मल सके। फिर इहदे विच इन्हां दा बराड़ दा यह कहना भी 145 सिख इस हिस्से दे विच मारे परिक्रमा वाली इस बाही ते जिहड़ी घंटा घर चौक वाली है। तो आपदे बंदे वह कहिंदा भी 19 मरे तो 53 जख्मी होए। हुण किन्ना सच है किन्ना झूठ है वह तो फाइलों के पर्दें च ही पिया, वह तो कदे निकल ही नहीं सकना, क्योंकि जिहड़ियां तां मच्योर डेमोक्रेसीज है उत्थे तां एक कानून है कि 30 साल बाद सारे गुप्त दस्तावेज भी पब्लिक हो जाते हैं, पर साढ़े तो उही जी डेमोक्रेसी नहीं। सो ये कोई फौजी कित कोई कड्डू नहीं कड्डू, यह तो मतलब भेद ही बनया रहना है। पर यह नहीं हो सकता भी जो उन्होंने दसा, ये तो असूल ही है, कदे भी जंग दे विच कोई भी फौज आपका नुकसान सही नहीं दसदी, दूजे दिन बधा चढ़ा के दसदी है। सो एक बज गया सी जो उन्होंने लगे भी नहीं अकाल तख्त ते पहुँचना बहुत औखा हो रहा है, तो उन्होंने बराड़ ने लिखा भी जरा सामने वाला वेड़ा सी वह तो कतलगाह बन गई, साड़ी लाशां दे ढेर पए है तो खून ही खून चारे पासे, दृश्य बड़ा भयानक सीगा उत्थे। ते सारे जतन करन दे बावजूद उन्हां दे उत्थे कुछ भी ना पहुँच सकिया। फिर जिहड़े 35 कमांडों की एक टीम ने कट्ठी ने दर्शनी ड्योढ़ी बल गए, पर उन्हें 35 चो 12 मारे गए, बाकी फिर वापस मुड़े। सो इस तरह के जिहड़े हैगे ना जतन वह लगातार चलते रहे। फिर उधरों जिहड़ा हैगा ना मतलब अपना एक होर टीम आई, उहदे च उन्हां दा कमांडर उन्हां दा सूबेदार मेजर वो आप शामिल होए, 30 ओ सी, पर उहदे च सूबेदार मारिया गया जी, ते बाकी सारे बहुत जख्मी हो गए, काफ़ी मारे गए। फिर भी उधरों मद्रासी आउण ना इधरों वधण की जिहड़ी सफल ना हो गए, 2 वज गए। बराड कहिंदा भी फिर असीं सोचिया भी नहीं ए रणनीति छड्ड दईए, हुण कुछ होर सोचिए। होर फिर उन्होंने ये सोचा सी कि जिहड़ी दखणी गेट है आटा मंडी वाले पासे उहदे च उन्होंने पहला तो रद्द करता सी भी उधरों दाखल ना होइए, फिर उत्थे 9 कमाओ दी 2 कंपनियां सी उह उन्होंने किसी ना किसी तरह गलियां विच दी पै के गेट दे नेड़े पहुँचा दियां। वो नेड़े पहुँचा दियां तो उन्होंने कहा भी तुसी ना जिहड़ियां उपर अंदर ना बढ़ो, अंदर ना बढ़ो, तुसी अंदर थोनू बढ़न नहीं देना, सारे मारे जाऊंगे, तुसी उपरले कमरे नू किस तरह कब्जे च करो। उपरले दोनों मंजिलां सी रेफरेंस लाइब्रेरी वाली ते बाकी उत्थे जिन्ने कमरे सीगे उह उन्होंने कहिंदे भी कुछ कु चिर दे विच वह उन्होंने कवर कर लिया। वो फिर बराड़ नूं लग्या कि हुण जिहड़ी इधरों फायर आउंदी सी न्यूट्रलाइज होगी,
हुण साडे बंदे नूं उत्थे उह अकाल तख्त ते उधरों फायर करनगे, इधरों जे मद्रासी आ जाण उह करन फिर असीं नेड़े पहुँच सकते हाँ, पर उह मद्रासी फिर ना आए। सो उदों उह बहुत घबराहट सी वी की करिए। फिर उसने मतलब ये किया कि एक ब्रिगेडी सीगा ए के दीवान, वो लड़ाई च शामिल नहीं सी, पर उदी एक बटालीयन जड़ी है वो अनाइन कमाओ, ये 15 कमाओ डिवीजन दी एक बटालीयन सी, वो लड़ाई च हिस्सा लै रही सी। ते ए जड़ी सीगी ए अमृतसरी ठहरे हुए सी छौनी च, वो बंदा कहिंदे इहो जिहा सी वी जिथे एक्शन हुंदा ना उत्थे रहा नहीं सी जांदा। उतो तो देखो 2 बजे उठ के भी मैं देखा साडे बंदे ठीक ठाक चल रहे हैं, वो उत्थे पहुँच गया। वो आर्टिलरी कमांडर कमांडर सी बहुत ही, जिन्हों डेकोरेटड कहिंदे, जिहदा रिकॉर्ड बड़ा चंगा सी। ते जदों बराड़ नूं पता लग गया उत्थां साध साह आ गया वी चल हुण ये संभाल लो। फिर उन्हें वह सारे पासे दी जिहड़ी कमांड है ना वो उन्होंने दीवान नूं सौंपती, आटा चक्की वाले पासे। हाँ, आटा चक्की वाले पासे उत्थे 15 कमाओ ते 9 राइफल्स गड़वाली सीगे। अच्छा जी, ओहो उन्हां नूं सारी उन्हां दी ते कुछ बाकी जिहड़े होर सीगे उन्हां दी कमांड उन्हां नूं देती, ईवन 26 मद्रास दी वी। तो उस उन्हां नाल संपर्क करते सी ते अंदर वाड़न की कोशिश करते सीगे, पर पता नहीं हुण सारा कुछ बड़ा शक्की जा वी क्यों नहीं सी अंदर बड़ा जांदा उन्हां तों ना। तो चलो फिर भी उन्हें वह कमांड संभाल ली। फिर उन्हें कोशिश की एक जिवें जांबाज बंदे हुंदे आ आपदा कोई सब तो दलेर अफसर भेज के एक टीम भेजी कि एक बार भज के जिन्ना हो सकता ना भावें मरन कुछ विचों बंदे पौड़ियां तक पहुँचो अकाल तख्त। तो वह पौड़ियां तक पहुँच गए भज के। फिर पौड़ियां जो चढ़न लगे उन्हां चों एक भी बंदा पौड़ियां नहीं चढ़ सकया, वो सारे पौड़ियां च मरे। सो उन्हां दीआं लाशां तां 2 दिनां बाद मलबे दे विचों मिलियां, जदों बाद दे विच जिन्ना वह मलबा बनिया उत्ते। सो यह एक मतलब जदों यह सारा कुछ देखिया भी उधरों मद्रासी नहीं आ रहे, इधर कोई भी फौ नहीं पै रहा, जिधर की भी जतन करते हैं हर रणनीति हर चाल उखुंडी हो जाती है। दयाल भी विचे मारे गए जिधर आर एस दयाल? हाँ जी, नहीं दयाल तो जनरल सीगा, उन्हें तो वह तो आया अपनी लड़ाई च। दयाल तो मतलब बराड़ का भी अफसर सीगा, वह तो लैफ्टिनेंट जनरल से, उन्होंने थोड़ा लड़ाई चाहना होगा। ये तो ईवन जिहड़ा सुंदर जी सी वह उस मौके दे जो लड़ाई चल रही है दरबार साहब के नेड़े जो टैक्टिकल हैडक्वाटर है जो बराड़ ने बनाया सी वो उत्थे सी, वो उत्थों सारी लड़ाई देख रहा सी। सो फिर बराड़ ने यह मंग की भी उन्होंने एक तरकीब सोची भी हम एक गल करिए टैंक अंदर वाड़ लीए। टैंकों की सर्च लाइट इन्नी तेज़ होंगी है कहिंदे वो बंदे नूं कुछ चिर वास्ते तो बिल्कुल अन्ना कर दिंदी है, कला अखां अन्नियां नहीं करती, उहदा जो दिमाग आ वह भी सुन्न कर दिंदे आ, वह कुछ चिर पता ही नहीं लगता की करा। तो वह कहिंदा सी भी जिहड़े निशाने लै लै के अंदरों मार रहे ना गोलियां अकाल तख्त ते वह लाइटां मारो देखी जाओ टैंकों के विचों, उहदे नाल अन्ने करो उन्हां नूं, ते उस लाइट च सानू भी सौखा हो जू सब कुछ देखना उन्हां दा। सो उन्हें फिर एक टैंक लिया पहला अंदर सराम वाले पासे पौड़ियां उतार के उस टैंक दी लाइटां मारियां। कुछ चिर बाद ही 1-2 लाइटें बजियां होनगियां वह फ्यूज हो गया, वह फ्यूज हो गया। हुण वह पिछे नहीं सी मुड़ सकता तह पौड़ियां चढ़ना उत्थों मोड़ कट्टना उन्हूं गाहां कीता जिवें पार्किंग वेले अपने हुंदा ना भीड़ च भी इहनूं गाहां करो पिछला लियाओ पहला। एक टैंक होर वाड़ लिया फिर वह टैंक चों कोशिश की उहदा भी फ्यूज हो गया। देखो भाणे किवें वापरे आ ना, हुण इह गल्लां रैशनल दी कोई व्याख्या नहीं हो सकती। फिर उन्होंने कहा भी तीजा लियाओ ते नाल ए सी के जिहड़ी बख्तरबंद गड्डी है उहदे च कमांडो वाड़ के किरां अकाल तख्त तक पहुँचाई स्कॉट। हाँ स्कॉट
फिर उहदे च उहनां ने उह कुछ कमांडो उहदे विच बिठाए ते उह अंदर वड़न की कोशिश की। वो कहिंदे थोड़ी दूरी गई सी उन्होंने रॉकट लांचर नाल रॉकट एक मारिया बस थाई नकारा। अफसर भी जख्मी, अठ बंदे होर जख्मी, बाकी जेड़े सीगे गढ़वाली सी उहदे च, बाकी जेड़े सी उहनां छालां मारियां ते भज के बरांडियां च जा लुके। ये भी देखो जदों वह कहिंदा बराड कहिंदा ना भी जदों असीं उह देखिया भी जिहड़ा रॉकट आया उहनूं कहिंदे न RPG-7 राइफल प्रोपेल्ड ग्रनेड। राइफल ना ग्रनेड ही हुंदा एक हिसाब नाल, पर उह हुंदा बड़ा पावरफुल है। कहिंदा फेर सानूं वैसे तां कदे भी नहीं साडे मन च भी ये भी हो इहनां कोल। कहिंदा फिर सानूं लग्गिया भी ये कम नहीं होना। फिर उन्हें सुंदर जी नूं फलैश किया, सुनेहा भेजा फटाफट वायरलैस राही बई टैंकां दी इजाजत लै दिल्ली तो, हम टैंकां बगैर नहीं काम होना। सारा कुछ जमा के देख लिया उन्हें। 2:30 बजे वह अपील भेजी दिल्ली नूं। दिल्ली सुते पे जगाए कहिंदे कुछ, जीवन इंदिरा गांधी जगाउणी पैनी सी जे टैंक वरतने नूं। उदू हेठां प्रवानगी नहीं सी, उह तां इंदिरा गांधी ने फैसला करना सी। खैर अद्धे क घंटे च ही उन्हां दा, अद्धे घंटे तो भी पहलां उन्हां दा आ गया कि ठीक है हुण, क्योंकि समस्या ये आ गई कि जे हुण पिछे मुड़दे हाँ ये तां अफोर्ड ही नहीं कर सकते, रहने कुछ नहीं, बेकार मिट्टी च रुल जू सारी सरकार दा, ते सरकार की रह जू फिर, जे सरकार की रह जू देश की, बस बहुत वड्डा कुछ दाते लग गया ना भी जिथे हुण होर नुकसान होया देखी जाऊ। फिर उन्होंने टैंक वरतन की इजाजत दे दी, पर टैंक इस तरह वरतने से भी बड़ी तोप नहीं वरतनी, जिहड़ी उहदे च छोटी तोप हुंदी है वह एक्चुअली मशीन गन ही हुंदी है बड़ी, भी मशीन गन के गोलियां नाल उन्होंने मोर्चे भन्नो। जिहड़ी बड़ी तोप है उन्हें मोर्चे थोड़ा भन्नने, उन्हें तो बिल्डिंग तबाह करनी हुंदी है, सब कुछ तैश नैश। वह तो बिल्कुल दुश्मन से वरते जाते हैं, जिमें जंगा जो देशों दिया होंदिया भी कोई परवाह ही नहीं, सब कुछ मिद दे चले जाओ नष्ट कर दे। भी वह नहीं वरतनी, वो 105 mm होंगी है। सो उन्होंने फिर यह वरतन की इजाजत दे दी भी ये वरतो। जो ये वरतन की इजाजत देती तो उन्हें आके टैंकों ने, तिना टैंकों ने वो तोपा, छोटिया तोपा कह लो, कलिया मशीन गन्ना नहीं, वो तोपा चो गोले सुटे अन्ने वाह अकाल तख्त। ये उन्होंने हौसला हो गया कि हुण इस कवर च भी एक तो डर गए हो टैंकों ही दहल पाँदा जो गोले थां थां बजदे जाके, भी हुण आपां अंदर बढ़ गए। फिर एक जांबाज कोशिश हुई उन्हां च, कोई भी उन्होंने सिरे पहुँचण नहीं दिता, वो फिर मुड़ गए। मतलब इस तरह पता नहीं किन्नियां कोशां किन्ना कुछ चली गया। फिर जदों ये लग्या कि वो टैंक जिहड़े टैंकां दियां जिहड़ियां हैगियां मशीन गन्ना जां गोले वो भी नहीं कोई असर कर रहे, उधरों दिन चढ़ना शुरू हो गया। लो पाट गई 4:30 बज गए सी ते गर्मियां दे विच जून दे महीने 4:30 बजे तां चानण होना शुरू हो जाता है। उस मौके जिहड़ा सीगा सुंदर जी उहनूं ये खबर मिल गई कि शहर के बाहर लोगों के हजारां की गिणती सिख इकट्ठे हो के पिंडां चों आउणे शुरू हो गए। उन्हां दे जकारे शहर च सुणन लग गए सी दरबार साहब तक। फिर लगे भी तां जे दिन चढ़ गया तो इहनूं असीं कित्थों कंट्रोल कर लाँगे, एडे लोगों के इकट्ठां नूं की करांगे, किन्ने क बंदे मार लाँगे। बस फिर वह उन्होंने बुखलाहट चाहे। फिर बराड़ ने कहा भी हुण तुसीं ना बड़े जिहड़ी वड्डी तोप वरतण की इजाजत लो। फिर 5 बजे उन्हें उन्होंने फलैश किया मैसेज सुंदर जी ने, उन्हां दी मीटिंग हुई। पर इन्हें कहा सी साढ़े कोल हुण समां नहीं वाला, भी यह सारा काम मिनटां च होना चाहिए, नहीं सब कुछ किया साडा हुण ये तां कोई भी अफोर्ड ही नहीं कर सकता भी ये लड़ाई हार जाइए, अं रह जाए।
तो रहना भी कख नहीं सी। फिर उन्होंने जांच दी कि कोई गल बड़े गोले वरतो, हुण 105 mm की तोप होंदी है, वह तो जिथे गोले ने बजना है उन्हें छड़ना कख नहीं। फिर एक टैंक नहीं तिने टैंको गोले छड़ रहे, दर्शनी ड्योड़ी टह गई, बहुत बड़े उहदे च मघोरे हो गए। अकाल तख्त दियां मतलब उपरले जिहड़े मंजलां उह भन्नतियां, करदे करदे जिवें हेठां तक उह भन्नदे तुरे गए। पर उदों तक भी वो आप नेड़े नहीं सी जा सकिया कोई। सो इह कुछ हुंदे नूं 6:30 बज गई सी, दिन चढ़ गया। हाँ, दिन चढ़ गया, चानण हो गया, बाहर लोगों के हजूम, क्योंकि हुण गोलियां दी आवाज़ दूर दूर तक जा रही है। वह मरन मराउण ते उतारू हो गए, बहुत बड़े कट से। बाबा दया सिंह सुरसिंघिया अपनी अगवाई च बहुत बड़ा कट लैके चलिया होया सीगा सुरसिंघ तों ते तरन तारन वाले पासे। इधर हरी के पत्तन मालवे दे लोग तुर तुर के पैदल खेतां विच दी वह दरिया तक पहुँच गए सी। उत्थे हैलीकाप्टर तो उन्हां ते फायरिंग होई, ईवन दरिया भी पार कर लिया गई ने। सो यह मोहनसू तुरदा मुंडा सब तो वड्डा वो इत्थे मारिया गया सी तरन तारन, जो अमृतसर वल नूं वध रहे सीगे। ये बाहर हालत मतलब इस तरह की बन गई सी। सो वह फिर जो उन्होंने मतलब मारे बड़े गोले, अकाल तख्त मलबा बनना शुरू हो गया, तो मलबा बनना शुरू हो गया। तो बराड़ कहिंदा भी फिर सानू थोड़े चिर बाद अंदरों एक बड़ा धमाका सुनिया अकाल तख्त के अंदरों। कहिंदा असी सोचा भी लै हुण सुवेग सिंह ने एक होर दा खेडिया भी इहनू उड़ा दिओ अगले हिस्से नूं ਤਾਂ ਕਿ ਉਹ ਅੱਗੇ ਨਾ ਆ ਸਕਣ, ਅਤੇ ਇਹ ਸਾਰੀ ਗੜਬੜ 'ਚ ਪਿੱਛੇ ਦੀ ਨਿਕਲ ਜਾਓ ਬਾਹਰ, ਵੀ ਉਹ ਆਪ ਨਿਕਲੂ ਅਤੇ ਸੰਤ ਭਿੰਡਰਾਲਾ ਨਿਕਲੂਗਾ। ਹੁਣ ਇਹ ਸਾਰੀ ਲੜਾਈ ਦੇ ਵਿੱਚ ਪ੍ਰੋਬਲਮ ਪਤਾ ਕੀ ਆਈ, ਜਿਹੜੀ ਮੇਨ ਸਮੱਸਿਆ ਹੈ, ਜਿਹੜੀ ਫੌਜ ਹੈ ਉਹਦਾ ਮਾਇੰਡ ਇੱਕ ਆਪਦੇ ਹਿਸਾਬ ਨਾਲ ਢਲਿਆ ਹੋਇਆ ਹੈ। ਉਹ ਸਾਰੀ ਚੀਜ਼ ਨੂੰ, ਸਾਰੇ ਦ੍ਰਿਸ਼ ਨੂੰ, ਸਾਰੇ ਘਟਨਾਕ੍ਰਮ ਨੂੰ ਉਵੇਂ ਦੇਖਦੇ ਨੇ, ਉਵੇਂ ਇੰਟਰਪ੍ਰੈਟ ਕਰਦੇ ਨੇ ਵੀ ਇਹੋ ਜਿਹੀ ਸਿਚੁਏਸ਼ਨ 'ਚ ਫੌਜ ਐਂ ਕਰਦੀ ਹੁੰਦੀ ਹੈ। ਹੁਣ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੜੀ ਫੌਜ ਹੈ ਇਹ ਗੁਰੂ ਦੀ ਫੌਜ ਹੈ, ਇਹ ਉਹ ਫੌਜ ਨਹੀਂ। ਇਹਦੇ ਤੁਸੀਂ 35 ਇੱਥੇ ਉਹ ਨਿਯਮ ਲਾਗੂ ਨਹੀਂ ਹੁੰਦੇ ਜਿਹੜੇ ਬਾਕੀਆਂ 'ਤੇ ਹੁੰਦੇ ਹੈ। ਸੋ ਉੱਥੇ ਫਿਰ ਉਹਨਾਂ ਨੇ ਕਿਹਾ ਵੀ ਚਾਰੇ ਪਾਸੇ ਨਾਕਾਬੰਦੀ ਕਰ ਲਓ, ਨਿਕਲ ਨਾ ਜਾਵੇ ਕੋਈ। ਫਿਰ ਅੰਦਰੋਂ ਕਹਿੰਦੇ ਅੱਗ ਦੀ ਭਾਂਬੜ ਅਤੇ ਧੂੰਆਂ ਸਾਰੇ ਅਕਾਲ ਤਖ਼ਤ ਸਾਹਿਬ 'ਚੋਂ ਉਹ ਨਿਕਲਿਆ। ਕਹਿੰਦੇ ਫਿਰ ਸਾਨੂੰ ਸੀ ਵੀ ਹੁਣ ਤਾਂ ਕੋਈ ਅੰਦਰ ਬਚ ਹੀ ਨਹੀਂ ਸਕਦਾ, ਵੀ ਦੈਟ ਵੇ ਚੱਲੋ। ਨਿਸ਼ਚਿੰਤ ਹੋ ਗਏ ਵੀ ਇਹ ਕੰਮ ਤਾਂ ਫਤਿਹ ਹੋ ਗਿਆ। ਪਰ ਇਹ ਜਾ ਕੇ ਬਰਾੜ ਤਾਂ ਐਵੇਂ ਮਤਲਬ ਹੁਣ ਜਦੋਂ ਕਿਤਾਬ ਲਿਖੀ ਉਦੋਂ ਉਹ ਕਹਿੰਦਾ 10 ਵਜੇ ਸੀ, ਜਦੋਂ ਹੁਣ ਇੰਟਰਵਿਊ ਦਿੱਤੀ ਕਹਿੰਦਾ 6 ਹੋ ਗਿਆ ਸੀ। ਚਲੋ ਉਹ ਤਾਂ ਉਹਦੇ ਝੂਠ ਨੂੰ, ਪਰ ਮੇਰਾ ਖਿਆਲ ਹੈ ਕਿ ਜਿਹੜੀ ਸੰਤਾਂ ਬਾਰੇ ਖਬਰ ਆਈ ਉਹ BBC ਤੋਂ ਆਈ ਜਾ ਕੇ 11-12 ਦੇ ਲਗਭਗ। ਸੋ ਆਪਾਂ ਮਿੱਥ ਕੇ ਚੱਲੀਏ ਕਿ 10 ਤੋਂ ਬਾਅਦ ਜਾ ਕੇ ਇਹ ਗੱਲ ਸਾਫ਼ ਹੋਈ ਕਿ ਲੜਾਈ ਘੱਟੋ ਘੱਟ ਅਕਾਲ ਤਖ਼ਤ ਵਾਲੀ ਲੜਾਈ ਉਹ ਖਤਮ ਹੋ ਗਈ ਹੈ। ਉਹਦੇ 'ਚੋਂ ਫਿਰ ਕੁਛ ਬੰਦੇ ਬਾਹਰ ਵੀ ਨਿਕਲੇ ਹੋਣਗੇ ਜਿਹੜੇ ਜਿਨ੍ਹਾਂ ਨੇ ਲੜਨਾ ਨਹੀਂ ਸੀ, ਮੁਲਾਜ਼ਮ ਕਿੰਨੇ ਸੀ ਉੱਥੇ, ਹੋਰ ਲੋਕ ਬਾਕੀ ਵੀ ਸੀਗੇ। ਸੋ ਪਰ ਇਹ ਨੇੜੇ ਨਹੀਂ ਗਏ। ਅਤੇ ਉੱਧਰੋਂ ਦਿੱਲੀ ਤੋਂ ਕਹਿੰਦਾ ਵਾਰ ਵਾਰ ਸਾਨੂੰ ਪੁੱਛ ਰਹੇ ਸੀ ਜਦੋਂ ਇਹਨਾਂ ਨੇ ਕਹਿਤਾ ਵੀ ਖਤਮ ਜੀ ਅਕਾਲ ਤਖ਼ਤ ਵਾਲਾ ਮੋਰਚਾ ਖਤਮ, ਉਹ ਕਹਿਣ ਸੰਤ ਦਾ ਕੀ ਬਣਿਆ, ਕਿਉਂਕਿ ਬਾਹਰ ਅਫਵਾਹ ਫੈਲ ਗਈ ਵੀ ਨਿਕਲ ਗਿਆ। ਉਹ ਕਹਿਣ ਵੀ ਸਾਨੂੰ ਖਬਰ ਮਿਲੀ ਆ ਕਿ ਨਿਕਲ ਗਿਆ, ਕਿਤੇ ਨਿਕਲ ਤਾਂ ਨਹੀਂ ਗਿਆ। ਬਰਾੜ ਕਹਿੰਦਾ ਵੀ ਨਿਕਲ ਨਹੀਂ ਸਕਦਾ, ਪਰ ਹੁਣ ਕੋਈ ਇਹ ਤਾਂ ਹੁਣ ਜਦੋਂ ਅੰਦਰ ਵੜਾਂਗੇ ਫਿਰ ਪਤਾ ਲੱਗੂਗਾ। ਸੋ ਇਸ ਤਰ੍ਹਾਂ ਮਤਲਬ ਜਿਹੜੀ ਇਹ ਚੱਲੀ ਨਾ ਲੜਾਈ, ਜਿੱਥੇ ਉਹਨਾਂ ਦੀ ਹਰ ਰਣਨੀਤੀ ਫੇਲ ਹੁੰਦੀ ਗਈ। ਹੁਣ ਤੁਸੀਂ ਇਹਦੇ 'ਚ ਇੱਕ ਗੱਲ ਦੇਖੋ, ਇਹ ਬੇਮੇਚੀ ਕਿੰਨੀ ਸੀ, ਉਹਨਾਂ ਦੇ ਹਥਿਆਰ, ਉਹਨਾਂ ਦੇ ਇੰਤਜ਼ਾਮ, ਉਹਨਾਂ ਦੇ ਸਾਧਨ ਉਹ ਕੀ ਸੀ, ਅਤੇ ਅੰਦਰ ਬੈਠੇ ਨਾ ਬਿਜਲੀ ਹੈ ਕਿੰਨੇ ਚਿਰ ਤੋਂ,
ਪਾਣੀ ਬੰਦਾ ਨਾ ਕੋਈ ਜ਼ਖਮੀਆਂ ਨੂੰ ਸੰਭਾਲਣ 'ਚ ਉਹ ਕਿਹਦੇ ਕੋਲ ਟਾਈਮ ਸੀਗਾ ਵੀ ਕਿਸ ਤਰ੍ਹਾਂ ਲੜਾਈ ਇੱਕ ਗੁਰੂ ਦੇ ਆਸਰੇ ਲੜ ਰਹੇ ਸੋ ਉਹ ਫਿਰ ਅਖੀਰਲੇ ਦਮ ਤੱਕ ਲੜੇ ਅਤੇ ਫਿਰ ਤੋਪਾਂ ਮੂਹਰੇ ਤਾਂ ਕੋਈ ਲੜਾਈ ਹੋ ਹੀ ਨਹੀਂ ਸਕਦੀ ਸੀ ਮਤਲਬ ਅਖੀਰ ਨੂੰ ਮਜਬੂਰ ਕੀਤਾ ਇਹ ਆਪਾਂ ਫਿਰ ਬਾਅਦ 'ਚ ਕਰਾਂਗੇ ਜਦੋਂ ਇਹ ਸਾਰਾ ਆਪਣਾ ਕੰਮ ਖਤਮ ਹੋ ਗਿਆ ਨਾ ਜਿਹੜਾ ਲੋਕ ਕਹਿੰਦੇ ਨੇ ਵੀ ਯਾਰ ਅਕਾਲ ਤਖ਼ਤ ਆਪ ਢੋਆ ਲਿਆ ਐਡੀ ਕੀ ਸੀ ਪਹਿਲਾਂ ਆਤਮ ਸਮਰਪਣ ਕਰ ਦਿੰਦੇ ਬੜਾ ਕੁਛ ਚੱਲਿਆ ਇੱਕ ਨਹੀਂ ਬੜੇ ਸਵਾਲ ਨਾ ਆਪਾਂ ਨੂੰ ਜੇ ਸਮਾਂ ਮਿਲਿਆ ਆਪਾਂ ਲੜੀਵਾਰ ਇੱਥੇ ਗੱਲ ਕਰ ਲੜੀਵਾਰ ਸਵਾਲਾਂ 'ਤੇ ਗੱਲ ਕਰਨ ਵਾਲੇ ਆ ਸਵਾਲ ਅਜੇ ਤੱਕ ਮਨਾ ਚੱਟ ਕੇ ਪਏ ਬੰਦਿਆਂ ਦੇ ਇਹ ਨਹੀਂ ਵੀ ਉਹ ਖਤਮ ਹੋ ਗਈ ਕਿਉਂਕਿ ਜਿੱਥੇ ਮਾੜਾ ਜਿਹਾ ਨੁਕਸਾਨ ਹੁੰਦਾ ਮਤਲਬ ਐਡੀ ਛੇਤੀ ਭਰੋਸਾ ਡੋਲਦਾ ਬੰਦਿਆਂ ਦਾ ਨਾ ਵੀ ਯਾਰ ਸਾਨੂੰ ਲੋੜ ਕੀ ਸੀ ਜਿਵੇਂ ਚੜੂਨੀ ਕਹਿੰਦਾ ਵੀ ਤੁਹਾਨੂੰ ਝੰਡਾ ਚਲਾਉਣ ਦੀ ਲੋੜ ਕੀ ਸੀ ਦੱਸ ਲੋੜ ਇਹ ਕੋਈ ਰੋਟੀ ਪਾਣੀ ਹੈ ਵੀ ਇਹਦੇ ਬਗੈਰ ਸਰ ਸਕਦਾ ਸੀ ਨਾ ਜਿਹੜੀ ਰੂਹਾਂ ਦੀ ਲੋੜ ਹੈ ਤੁਸੀਂ ਉਹਨੂੰ ਸਰੀਰਾਂ ਕਿਵੇਂ ਸਮਝ ਸਕਦੇ ਹੋ ਹੈ ਨਾ ਵੀ ਕਿਉਂ ਇਹ ਸਿਚੁਏਸ਼ਨ 'ਚ ਕਿਉਂ ਆਇਆ ਹੋਇਆ ਚਲੋ ਉਹ ਤਾਂ ਇੱਕ ਵੱਖਰੀ ਗੱਲ ਆਪਾਂ ਉਹ ਤਾਂ ਛੋਟੇ ਲੈਵਲ ਦੀ ਉਦਾਹਰਨ ਆਪਾਂ ਲੈ ਰਹੇ ਹਾਂ ਅਤੇ ਇਹ ਪਰ ਵੱਡੇ ਸਵਾਲ ਨੇ ਜਿਹਦੇ ਵਿੱਚੋਂ ਉੱਠੇ ਹੁਣ ਇੱਥੇ ਜਿਹੜਾ ਸਵਾਲ ਹੈ ਨਾ ਜਿਹੜਾ ਸਾਰੇ ਬੰਦਿਆਂ ਦੇ ਮਨਾਂ 'ਚ ਵੀ ਹੋਊਗਾ ਸਾਰੀ ਗੱਲਬਾਤ ਸੁਣਨ ਵੇਲੇ ਕਿ ਸੰਤ ਕਿਵੇਂ ਸ਼ਹੀਦ ਹੋਏ ਅਤੇ ਜਨਰਲ ਸੁਵੇਗ ਸਿੰਘ ਕਿਵੇਂ ਸ਼ਹੀਦ ਹੋਇਆ ਦੇਖੋ ਉਹਨਾਂ ਨੇ ਇੱਕ ਗੱਲ ਕਰਨੀ ਹੁੰਦੀ ਹੈ ਕਿ ਜਿਹੜਾ ਲੀਡਰ ਹੁੰਦਾ ਚਮਤਕਾਰੀ ਉਹਦੀ ਮੌਤ ਦਾ ਜਿਹੜਾ ਹੈਗਾ ਨਾ ਇੱਕ ਸ਼ਾਨ ਵੀ ਮਰਨਾ ਇਕੱਲੀ ਮਰਨਾ ਗੱਲ ਨਹੀਂ ਮਰਿਆ ਕਿਵੇਂ ਇੱਕ ਜਲਾਅ ਹੁੰਦਾ ਮੌਤ ਦਾ ਸਪੈਕਟੇਕਲ ਜਿਵੇਂ ਉਹ ਹੁੰਦਾ ਨਾ ਇਸ ਜਾਨ ਕਾ ਗੁਜ਼ਾਰੋ ਕਿਆ ਕਹਿਣਾ ਜੇ ਜਾਨ ਤੋਂ ਆਨੀ ਜਾਨੀ ਹੈ ਜਿਸ ਸ਼ਾਨ ਉਸੇ ਮਕਤਲ ਮੇਂ ਪਹੁੰਚੇ ਵੋ ਸ਼ਾਨ ਸਲਾਮਤ ਰਹਿਤੀ ਹੈ ਸੋ ਸ਼ਹੀਦ ਨੇ ਇੱਕ ਸਲਾਮਤ ਸ਼ਾਨ ਵੀ ਰੱਖਣੀ ਹੁੰਦੀ ਹੈ ਅਤੇ ਦੁਸ਼ਮਣ ਦਾ ਇਹ ਹੁੰਦਾ ਵੀ ਉਹ ਸ਼ਾਨ ਨਾ ਲੋਕਾਂ ਸਾਹਮਣੇ ਆਵੇ ਫਿਰ ਦੋ ਤਿੰਨ ਕਹਾਣੀਆਂ ਇਹਨਾਂ ਨੇ ਇਮੀਜੀਏਟਲੀ ਫੈਲਾਤੀਆਂ ਉਸੇ ਮੌਕੇ ਪ੍ਰੈਸ 'ਚ ਇੱਕ ਤਾਂ ਇਹ ਕਿ ਉਹ ਅੰਦਰ ਲੜਾਈ ਆਪਦੀ ਅੰਦਰਲੀ ਲੜਾਈ 'ਚ ਹੀ ਮਾਰਤਾ ਉਹਨੂੰ ਇੱਕ ਇਹ ਵੀ ਭੱਜਣ ਦੀ ਕੋਸ਼ਿਸ਼ ਕਰਦਾ ਮਾਰਿਆ ਗਿਆ ਸੋ ਐਕਚੁਲੀ ਮੈਂ ਜਿੰਨਾ ਕੁ ਖੋਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹੁਣ ਇਹੋ ਜਿਹੀ ਚੀਜ਼ ਜਿਹੜੇ ਬੰਦੇ ਉੱਥੇ ਹਾਜ਼ਰ ਸੀ ਜਿਨ੍ਹਾਂ ਨੇ ਅੱਖੀਂ ਦੇਖਿਆ ਉਹ ਵੱਧ ਤਾਂ ਉਹੀ ਦੱਸ ਸਕਦੇ ਨੇ ਉਹ ਗੱਲ ਕੀ ਸੀ ਸੋ ਆਪਾਂ ਸੈਕੰਡਰੀ ਸੋਰਸਿਸ ਤੋਂ ਹੀ ਅੰਦਾਜ਼ੇ ਲਾ ਸਕਦੇ ਹਾਂ ਪਰ ਇਹਦੇ 'ਚ ਕਲਪਨਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਤੁਸੀਂ ਇਹਨਾਂ ਬੰਦਿਆਂ ਨੂੰ ਜਾਣਦੇ ਹੋ ਕਿਸ ਧਾਤ 'ਤੇ ਬਣੇ ਹੋਏ ਸੀ ਵੀ ਭਲਾ ਉਹ ਹਾਲਾਤ ਕੀ ਸੀ ਉਸ ਹਾਲਾਤ 'ਚ ਉਹ ਬੰਦੇ ਨੇ ਕੀ ਕੀਤਾ ਇਹ ਅੰਦਾਜ਼ੇ ਲੱਗ ਜਾਂਦੇ ਆ ਸੋ ਮੈਂ ਜਿੰਨੀ ਕੁ ਮਤਲਬ ਜਿਹੜੇ ਪੀਸਿਸ ਆਫ ਇਨਫੋਰਮੇਸ਼ਨ ਇਕੱਠੇ ਕੀਤੇ ਆ ਸੋ ਮੈਨੂੰ ਇਹ ਮਤਲਬ ਬਣਿਆ ਜਿਹੜਾ ਅਖੀਰ 'ਤੇ ਜਾ ਕੇ ਕਿ ਜਨਰਲ ਸੁਵੇਗ ਸਿੰਘ ਪਹਿਲਾਂ ਸ਼ਹੀਦ ਹੋਇਆ ਉਹਦੇ ਬਾਰੇ ਦੋ ਵਿਚਾਰ ਚੱਲਦੇ ਨੇ ਕੁਛ ਬੰਦੇ ਤਾਂ ਕਹਿ ਰਹੇ ਨੇ ਵੀ ਜਿਹੜੇ ਪ੍ਰਕਰਮ ਵਾਲੇ ਕਮਰੇ ਆ ਉੱਥੇ ਉਹਨਾਂ ਦੇ ਗੋਲੀ ਵੱਜ ਗਈ ਸੀ ਉੱਥੋਂ ਚੁੱਕ ਕੇ ਲਿਆਂਦਾ ਅਕਾਲ ਤਖ਼ਤ ਸਾਹਿਬ 'ਤੇ ਪਰ ਉਹ ਇੰਨਾ ਖੂਨ ਵਗ ਰਿਹਾ ਸੀ ਕਿ ਉਹ ਬਚ ਨਹੀਂ ਸਕਦਾ ਸੀ ਅਤੇ ਕੁਛ ਇਹ ਹੈ ਕਿ ਜਦੋਂ ਮੰਜ਼ਲਾਂ ਢਹਿਣੀਆਂ ਸ਼ੁਰੂ ਹੋਈਆਂ ਉਸ ਮੌਕੇ ਉਹਨਾਂ ਦੇ ਗੋਲੀ ਵੱਜੀ ਹੈ ਕਿਸੇ ਮੌਕੇ ਅਖੀਰ ਜੇ 'ਤੇ ਜਾ ਕੇ ਕੁਛ ਵੀ ਹੈ ਇੱਕ ਗੱਲ ਕਨਫਰਮਡ ਹੈ ਕਿ ਉਹ ਸੰਤਾਂ ਤੋਂ ਪਹਿਲਾਂ ਸ਼ਹੀਦ ਹੋਏ ਹੈ ਜ਼ਖਮੀ ਹਾਲਤ 'ਚ ਸੰਤ ਗਏ ਆ ਉਹਨਾਂ ਕੋਲ ਉਹਨਾਂ ਦਾ ਜਿਹੜਾ ਸਿਰ ਹੈ ਉਹ ਆਪਣੀ ਬੁੱਕਲ 'ਚ ਲਿਆ ਗੋਲੀਆਂ ਚੱਲ ਰਹੀਆਂ ਸੀਗੀਆਂ ਅਤੇ ਉੱਥੇ ਉਹਦੇ ਪ੍ਰਾਣ ਨਿਕਲੇ ਹੈ ਅਤੇ ਕਹਿੰਦੇ ਪੁੱਛਿਆ ਵੀ ਸੰਤਾਂ ਨੇ ਕਿਵੇਂ ਮਹਿਸੂਸ ਕਰ ਰਹੇ ਹੋ ਅਤੇ ਉਹਨਾਂ ਨੇ ਕਿਹਾ ਵੀ ਛੇਵੇਂ ਪਾਤਸ਼ਾਹ ਦਾ ਘਰ ਹੋਵੇ ਅਤੇ ਮਹਾਂਪੁਰਸ਼ ਦੀ ਬੁੱਕਲ ਹੋਵੇ ਇੱਕ ਸਿੱਖ ਵਾਸਤੇ ਇਹ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਬਿਲਕੁਲ ਜੀ ਹਾਂ ਸੋ ਇਸ ਤਰ੍ਹਾਂ ਉਹਨਾਂ ਨੇ ਆਪਦੇ ਪ੍ਰਾਣ ਦਿੱਤੇ ਅਤੇ ਸੰਤਾਂ ਨੇ ਫਿਰ ਉਹਦੇ ਉੱਤੇ ਕੱਪੜਾ ਪਾਇਆ ਆਪਦੇ ਹੱਥੀਂ ਉਹਦੀ ਜਿਹੜੀ ਕਾਰਵਾਈ ਨਾ ਉਹ ਉਹਨਾਂ ਦੀ ਸਾਈਡ 'ਤੇ ਰੱਖੀ ਇਹ ਬਰਾੜ ਵੀ ਕਹਿੰਦਾ ਕਿ ਜਦੋਂ ਉਹਦੀ ਬੋਡੀ ਸਾਨੂੰ ਮਿਲੀ ਤਾਂ ਉਹਦੀ ਜਿਹੜੀ ਕਾਰਵਾਈ ਨਾ ਉਹਦੇ ਪਾਸੇ ਪਈ ਸੀਗੀ ਸੋ ਇਹ ਗੱਲ ਕਨਫਰਮਡ ਹੈ ਕਿ ਉਹ ਲੜਦਾ ਹੀ ਹੋਇਆ ਗੋਲੀ ਨਾਲ ਸ਼ਹੀਦ ਹੋਇਆ ਬਾਅਦ 'ਚ ਇੱਕ ਗੱਲ ਬੜੀ ਧੁੰਮੀ ਮੈਂ ਵੀ ਕਿਤਾਬ 'ਚ ਕਿਤੇ ਲਿਖ ਬੈਠਾ ਉਦੋਂ ਮੈਨੂੰ ਪਤਾ ਨਹੀਂ ਸੀ ਫੈਕਟਸ ਦਾ ਵੀ ਉਹਦੇ ਗੁੱਟਾਂ 'ਤੇ ਰੱਸਿਆਂ ਦੇ ਨਿਸ਼ਾਨ ਸੀ ਵੀ ਸ਼ਾਇਦ
ਉਹਨੂੰ ਜ਼ਖਮੀ ਹਾਲਤ 'ਚ ਫੜ ਕੇ ਘੜੀਸਿਆ ਹੋਵੇ ਜੀਪ ਪਿੱਛੇ ਬੰਨ ਕੇ ਵੀ ਜਿੰਨਾ ਇਹਨਾਂ ਨੂੰ ਗੁੱਸਾ ਹੋਊਗਾ। ਪਰ ਨਹੀਂ, ਉਹ ਗੱਲ ਗਲਤ ਸਾਬਤ ਹੋਈ ਹੈ। ਐਕਚੁਅਲੀ ਇਹ ਹੋਇਆ ਕਿ ਮਲਬੇ 'ਚੋਂ ਲਾਸ਼ਾਂ ਕੱਢਣੀਆਂ ਬਹੁਤ ਔਖੀਆਂ ਸੀ, ਉਹ ਰੱਸੇ ਪਾ ਪਾ ਕੇ ਖਿੱਚਣੀਆਂ ਪਈਆਂ ਉਹਨਾਂ ਨੂੰ, ਆਪਦੀਆਂ ਲਾਸ਼ਾਂ ਵੀ ਜਿਹੜੀਆਂ ਫੌਜੀਆਂ ਦੀਆਂ ਸੀ। ਤੀਜੇ ਦਿਨ ਜਾ ਕੇ ਉੱਥੋਂ ਕੱਢੀਆਂ। ਉਹ ਦੇਖੋ ਕਿੰਨੀਆਂ 5 ਬਿਲਡਿੰਗ ਮੰਜ਼ਲਾਂ ਸੀ, ਉਹ ਸਾਰਾ ਜਿਹੜਾ ਮਲਬਾ ਡਿੱਗਿਆ ਉਹਦੇ ਵਿੱਚੋਂ, ਬੜਾ ਕੱਢਣਾ ਸੌਖਾ ਕਿਤੇ ਥੋੜ੍ਹਾ ਸੀ। ਸੋ ਇਹ ਬੇਸਮੈਂਟ 'ਚ ਹੋਇਆ, ਭੋਰੇ 'ਚ। ਉਸ ਤੋਂ ਬਾਅਦ ਸੰਤਾਂ ਨੇ ਫੈਸਲਾ ਕਰ ਲਿਆ, ਜਦੋਂ ਦੇਖ ਲਿਆ ਕਿ ਅਕਾਲ ਤਖ਼ਤ ਹਟ ਗਿਆ, ਲੜਾਈ ਖਤਮ ਹੈ, ਹੁਣ ਹੋਰ ਵੱਧ ਲੜਿਆ ਨਹੀਂ ਜਾ ਸਕਦਾ, ਫਿਰ ਉਹਨਾਂ ਨੇ ਆਪਦੇ ਸਾਰੇ ਸਿੰਘਾਂ ਨੂੰ ਇੱਕ ਆਪਸ਼ਨ ਦਿੱਤੀ ਵੀ ਜਿਹੜਾ ਵੀ ਜਾਣਾ ਚਾਹੁੰਦਾ ਚਲੇ ਜਾਓ, ਪਿਛਲੇ ਪਾਸੇ ਦੀ ਰਸਤਾ ਖੁੱਲ੍ਹ ਅਜੇ ਵੀ ਸੀਗੇ। ਅਤੇ ਕੁਛ ਸਿੰਘ ਉਦੋਂ ਬਾਹਰ ਨਿਕਲੇ ਜਿਹੜੇ ਐਨ ਆਖਰੀ ਮੌਕੇ ਦੇ ਉੱਤੇ। ਅਤੇ ਸੰਤਾਂ ਨੇ ਕਹਿੰਦੇ ਭਾਈ ਅਮਰੀਕ ਸਿੰਘ ਨੂੰ ਵੀ ਕਿਹਾ ਵੀ ਤੂੰ ਵੀ ਬਾਹਰ ਚਲਾ ਜਾ। ਉਹ ਕਹਿੰਦਾ ਵੀ ਨਹੀਂ, ਕਿਉਂਕਿ ਫੈਡਰੇਸ਼ਨ ਦੇ ਵਿੱਚੋਂ ਭਾਈ ਅਮਰੀਕ ਸਿੰਘ ਨੂੰ ਤੁਸੀਂ ਦੈਟ ਵੇ ਇਕੱਲਾ ਫੈਡਰੇਸ਼ਨ ਦਾ ਨਹੀਂ ਕਹਿ ਸਕਦੇ। ਉਹ ਸੰਤ ਕਰਤਾਰ ਸਿੰਘ ਦਾ ਸਪੁੱਤਰ ਸੀਗਾ, ਉਹ ਚੰਗੀ ਸੀ, ਅਤੇ ਉਹ ਤਾਂ ਆਪ ਮਤਲਬ ਉਸ ਰੰਗ ਦੇ ਵਿੱਚ ਰੰਗਿਆ ਗਿਆ ਸੀ। ਉਹ ਕਹਿੰਦਾ ਸੀ ਮੈਂ ਪਰਨ ਕੀਤਾ ਤੁਹਾਡੇ ਨਾਲ ਨਿਭਣ ਦਾ, ਤੁਹਾਨੂੰ ਛੱਡ ਕੇ ਹੁਣ ਇਸ ਮੌਕੇ ਦੇ ਉੱਤੇ ਜਦੋਂ ਸ਼ਹੀਦੀ ਦਾ ਸੁਭਾਗ ਹੈ ਤਾਂ ਮੈਂ ਕਿਵੇਂ ਜਾ ਸਕਦਾ। ਫਿਰ ਸੰਤਾਂ ਨੇ ਕਿਹਾ ਠੀਕ ਹੈ। ਸੋ ਫਿਰ ਅਰਦਾਸ ਹੋਈ ਹੈ, ਅਰਦਾਸ ਕੀਤੀ ਹੈ, ਅਰਦਾਸ ਕਰਕੇ ਫਿਰ ਬਾਹਰ ਨਿਕਲਣ ਦਾ ਫੈਸਲਾ ਕਰ ਲਿਆ ਕਿ ਹੁਣ ਅੰਦਰ ਦੱਬੇ ਜਾਣ ਦੀ ਬਜਾਏ ਚਲੋ ਗੋਲੀਆਂ ਖਾ ਕੇ ਛਾਤੀਆਂ ਦੇ ਵਿੱਚ ਸ਼ਾਨ ਨਾਲ ਸ਼ਹੀਦ ਹੋਣਾ। ਸੋ ਭੋਰੇ ਦੀਆਂ ਪੌੜੀਆਂ ਚੜ੍ਹੇ ਬੇਸਮੈਂਟ ਦੀਆਂ, ਅਤੇ ਉਹਦੇ 'ਚੋਂ ਕਹਿੰਦੇ ਵੀ ਅਮਰੀਕ ਸਿੰਘ ਨੇ ਮੂਹਰੇ ਹੋ ਕੇ ਕੋਸ਼ਿਸ਼ ਕੀਤੀ ਵੀ ਪਹਿਲਾਂ ਮੈਂ ਮਰਨਾ। ਉਹ ਮੂਹਰੇ ਹੋਏ ਪਰ ਨਿਕਲਦਿਆਂ ਦੀ ਗੋਲੀ ਵੱਜੀ, ਉਹ ਤਾਂ ਉੱਥੇ ਹੀ ਜਿਵੇਂ ਉਹਦੇ ਢੋ ਲੱਗ ਗਈ ਇੱਕ ਕੰਧ ਉਹਦੇ ਨਾਲ ਥੰਭਲੇ ਜੇ ਨਾਲ। ਉੱਥੋਂ ਕਿਸੇ ਸਿੰਘ ਨੇ ਆਸਰਾ ਦੇ ਕੇ ਉਹਨਾਂ ਨੂੰ ਜਿਹੜੀ ਉਹ ਬਿਲਡਿੰਗ ਹੈ ਨਾਲ ਨਿਸ਼ਾਨ ਸਾਹਿਬ ਦੇ ਉੱਧਰ ਨੂੰ ਲਿਜਾਣ ਦਾ ਕੋਸ਼ਿਸ਼ ਕੀਤੀ, ਪਰ ਉਹ ਰਸਤੇ ਦੇ ਵਿੱਚ ਹੀ ਐਡੀ ਵਿਸ਼ਾਲ ਗੋਲੀਆਂ ਦੀ ਆ ਰਹੀ ਸੀ, ਉੱਥੋਂ ਬਚ ਕੇ ਜਾਇਆ ਨਹੀਂ ਸੀ ਜਾ ਸਕਦਾ। ਜਿਹੜੇ ਸੰਤ ਹੈ ਉਹ ਨਿਕਲੇ ਅਤੇ ਉਹਨਾਂ ਨੇ ਸਿੱਧਾ ਨਿਸ਼ਾਨ ਸਾਹਿਬ ਵੱਲ ਨੂੰ ਅਤੇ ਦਰਸ਼ਨੀ ਡਿਉੜੀ ਵੱਲ ਨੂੰ ਹਰਿਮੰਦਰ ਸਾਹਿਬ ਵੱਲ ਨੂੰ ਮੁੱਖ ਕੀਤਾ ਵੀ ਜਿੰਨੇ ਕਦਮ ਵੀ ਉੱਧਰ ਨੂੰ ਜਾ ਸਕਦੇ ਹਾਂ ਉਹ ਵਧੇ, ਅਤੇ ਆਪਣਾ ਨਿਸ਼ਾਨ ਸਾਹਿਬ ਦੇ ਨੇੜੇ ਜਾ ਕੇ ਇੰਨੀਆਂ ਗੋਲੀਆਂ ਵੱਜੀਆਂ, ਕੁਛ ਵੀ ਖਾਲੀ ਨਹੀਂ ਸੀਗਾ, ਸਾਰਾ ਸਰੀਰ ਛਲਨੀ ਹੋ ਗਿਆ ਸੀ। ਈਵਨ ਗਰਨੇਡਾਂ ਦੀ ਵਿਛਾੜ, ਗੋਲੀਆਂ ਦੀ ਵਿਛਾੜ, ਉਹ ਉੱਥੇ ਸ਼ਹੀਦ ਹੋਏ। ਇਹ ਕੋਈ ਇਹ 9 ਵਜੇ ਤੋਂ ਬਾਅਦ ਦੀ ਇਹ ਸ਼ਹਾਦਤ ਹੈ। ਸੋ ਦੈਟ ਵੇ ਫਿਰ ਜਿਹੜਾ ਇਹ ਹਿੱਸਾ ਹੈ ਅਕਾਲ ਤਖ਼ਤ ਸਾਹਿਬ ਵਾਲਾ, ਇਸ ਹਿੱਸੇ 'ਚ ਇੱਕ ਹਿਸਾਬ ਨਾਲ ਲੜਾਈ ਦਾ ਇੱਕ ਜਿਹੜਾ ਵੱਡਾ ਚੈਪਟਰ ਹੈ ਉਹ ਕਲੋਜ਼ ਹੋ ਗਿਆ। ਪਰ ਲੜਾਈ ਮੁੱਕੀ ਨਹੀਂ ਸੀ, ਉਹ ਆਪਾਂ ਗਾਹਾਂ ਗੱਲ ਕਰਾਂਗੇ। ਲੜਾਈ ਫਿਰ ਵੀ ਚੱਲਦੀ ਰਹੀ ਜਿਹੜਾ ਜਿੱਥੇ ਵੀ ਸੀ ਕਿਤੇ, ਅਤੇ ਪਰ ਇੱਥੇ ਆਪਾਂ ਕਹਿ ਲਈਏ ਕਿ ਦੋ ਵੱਡੇ ਨਾਇਕ ਉਹ ਸ਼ਹੀਦ ਹੋ ਗਏ, ਤੀਜਾ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਿਆ। ਅਤੇ ਸੋ ਇਹ ਹਿਸਾਬ ਨਾਲ ਉਹ ਲੜਾਈ ਜਿਹੜੀ ਹੈ ਉਹਦਾ ਹਿਆ ਅੰਤ ਹੋਇਆ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦੀ ਉਹ ਸ਼ਹਾਦਤ ਬਾਰੇ ਸਾਡੇ ਬੰਦਿਆਂ ਨੇ ਵੀ ਅਤੇ ਉਹਨਾਂ ਨੇ ਵੀ ਇਹ ਬਹੁਤ ਕੋਸ਼ਿਸ਼ ਕੀਤੀ। ਜਨਰਲ ਬਰਾੜ ਕਹਿੰਦਾ ਮੈਨੂੰ ਫਿਰ ਦਿੱਲੀਓਂ ਆਇਆ, ਐਚ ਕੇ ਐਲ ਭਗਤ ਦਾ ਵੀ ਸੁਨੇਹਾ ਆਇਆ ਵੀ ਮੈਂ ਸੁਣਿਆ ਪਾਕਿਸਤਾਨ ਚਲਾ ਗਿਆ, ਉਹ ਤਾਂ ਡਰ ਕਿੰਨਾ ਹੈ ਮਰੇ ਹੋਏ ਤੋਂ ਵੀ, ਜਿਵੇਂ ਡਰ ਇੰਨਾ ਵੀ ਮਾੜੀ ਜਿਹੀ ਅਫਵਾਹ ਫੈਲ ਗਈ ਪਾਕਿਸਤਾਨ ਚਲਿਆ ਗਿਆ ਵੀ ਜਿਵੇਂ ਇੱਕਦਮ ਡਰ ਗਏ ਸਾਰੇ ਵੀ ਉਹ ਤਾਂ ਉੱਥੇ ਚਲਿਆ ਗਿਆ। ਚਲੋ ਫਿਰ ਇਹ ਗੱਲ ਕਿਵੇਂ ਫੈਲਾਏਗੀ, ਕਿਵੇਂ ਇਹ ਕਾਇਮ ਰੱਖਿਆ ਗਿਆ ਜਿਹੜਾ ਸਾਰਾ ਸੀਗਾ, ਇਹ ਚਲੋ ਇੱਕ ਵੱਖਰੀ ਸਟੋਰੀ ਆ, ਆਪਾਂ ਇੱਥੇ ਨਹੀਂ। ਤੋ ਮੇਰਾ ਖਿਆਲ ਹੈ ਕਿ ਜਿਹੜੀ ਅੱਜ ਦੀ ਗੱਲਬਾਤ ਹੈ ਉਹ ਐਸੇ ਸ਼ਹਾਦਤ ਦੇ ਨੋਟ 'ਤੇ ਹੀ ਇਹ ਖਤਮ ਹੋਣੀ ਚਾਹੀਦੀ ਹੈ। ਜਿਹੜਾ ਬਾਕੀ ਹਿੱਸਾ ਹੈ ਆਪਾਂ ਅਜੇ ਉਹ ਛੋਇਆ ਨਹੀਂ ਕਿ ਸਰਾਮ ਵਾਲੇ ਪਾਸੇ ਕੀ ਵਾਪਰਿਆ ਅਤੇ ਮਦਰਾਸੀਆਂ ਨਾਲ ਕੀ ਭਾਣਾ ਵਾਪਰਿਆ, ਇਹ ਕੋਈ ਪਤਾ ਨਹੀਂ। ਸਾਢੇ 5 ਵਜੇ ਉਹ ਭੋਲੇ ਹੌਲੀ ਹੌਲੀ ਜਿਵੇਂ ਹੁਣ ਲੱਤਾਂ ਘੜੀਸ ਦੇ ਅੰਦਰ ਆਏ ਨੇ ਅਤੇ ਉਹ ਸਵਾਹ ਲੜੇ ਹੋਣਗੇ ਜਾਂ ਕੀ ਲੜਨਾ ਹੋਣਾ ਉਹਨਾਂ ਨੇ, ਇਹ ਤਾਂ ਚਲੋ ਆਪਣੇ ਅੰਦਾਜ਼ੇ ਹੀ ਹੈ। ਸੋ ਇਹ ਜਿਹੜੀ ਹੈਗੀ ਹੈ ਇੱਕ ਵਰਤਾਂਤ ਇਸ ਲੜਾਈ ਦਾ, ਉਹ
ਜਿਹੜਾ ਇੱਕ ਆਪਾਂ ਦੇਖ ਸਕਦੇ ਹਾਂ, ਜਿਵੇਂ ਕਲਪ ਸਕਦੇ ਹਾਂ ਜਾਂ ਜਿੰਨੇ ਕੁ ਤੱਥਾਂ ਦੇ ਜੋੜ ਜੋੜ ਕੇ ਬਣਾ ਸਕਦੇ ਹਾਂ ਅਤੇ ਹਾਂ। ਸੋ ਇਹ ਜਨਰਲ ਬਰਾੜ ਦਾ ਮਤਲਬ ਮੌਤਾਂ ਦੇ ਮਾਮਲੇ 'ਚ ਵੀ ਆਪਦੀਆਂ ਮੌਤਾਂ ਲੁਕੋਈਆਂ। ਸਭ ਤੋਂ ਵੱਡਾ ਝੂਠ ਹਰਿਮੰਦਰ ਸਾਹਿਬ ਦਾ, ਉਹਨੇ ਕਿਤਾਬ 'ਚ ਵਾਰ ਵਾਰ ਕਹਿੰਦਾ ਜਦੋਂ ਉੱਧਰੋਂ ਗੋਲੀ ਨਾ ਬੰਦ ਹੋਵੇ ਬੰਦੇ ਕਹਿਣ ਸਾਨੂੰ ਇਜਾਜ਼ਤ ਦਿਓ ਮੋੜਵਾਂ ਫਾਇਰ ਕਰਨ ਦੀ, ਮੈਂ ਕਹਿੰਦਾ ਜ਼ਿੰਦਗੀ ਦਾ ਸਭ ਤੋਂ ਔਖਾ ਫੈਸਲਾ ਸੀ ਵੀ ਨਹੀਂ ਮਰੀ ਚੱਲੋ ਪਰ ਉੱਧਰ ਨਹੀਂ ਗੋਲੀ ਮਾਰਨੀ। ਇਹ ਸਾਰੇ ਝੂਠ ਆਪਦੀ ਨਾਕਾਮੀ ਅਤੇ ਕਮਜ਼ੋਰੀ ਨੂੰ ਢੱਕਣ ਵਾਸਤੇ ਬੋਲੇ ਨੇ। ਅਤੇ ਦੂਜਾ ਉਹ ਸੁਰੰਗਾਂ ਵਾਲਾ, ਤੀਜਾ ਫੈਕਟਰੀ ਵਾਲਾ, ਕਹਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਉੱਥੇ ਗਰਨੇਡ ਬਣਾਉਣ ਵਾਲੀ ਫੈਕਟਰੀ ਬਣੀ ਹੋਈ ਹੈ। ਵੀ ਦੱਸੋ ਨਾ ਵਾਈਟ ਪੇਪਰ 'ਚ ਲਿਖਿਆ ਤੁਸੀਂ, ਨਾ ਕਿਤੇ ਦਿਖਾਈ ਹੈ, ਅਤੇ ਅਜੇ ਤੱਕ ਬੋਲੀ ਜਾਂਦਾ। ਜਿਹੜਾ ਇਹ ਵਰਤਾਰਾ ਨਾ ਮੇਹਰ ਸਿੰਘ, ਆਪਾਂ ਮੌਕਾ ਮਿਲਿਆ ਕਿਤੇ ਅਜੇ ਨਹੀਂ, ਭਾਵੇਂ 2 ਮਹੀਨੇ 4 ਮਹੀਨਿਆਂ ਨੂੰ, ਇਹ ਵਰਤਾਰਾ ਕੀ ਹੈ? ਜਿਹੜਾ ਬੰਦਾ ਝੂਠ ਬੋਲਦਾ ਸੋਚ ਸਮਝ ਕੇ ਜਾਣ ਬੁੱਝ ਕੇ, ਇਹ ਵਰਤਾਰਾ ਕੀ ਹੈ? ਇਹ ਕਿਹੜੀ ਗੱਲ ਕਰਵਾਉਂਦੀ ਹੈ ਉਹ ਤੋਂ? ਇਹ ਆਪਾਂ ਕਦੇ ਫਿਰ ਗੱਲ ਕਰਾਂਗੇ। ਸੋ ਮੇਰਾ ਖਿਆਲ ਹੈ ਕਿ ਆਪਾਂ ਅੱਜ ਦੀ ਗੱਲ ਦਾ ਇੱਥੇ ਅੰਤ ਕਰ ਦਈਏ। ਸੋ ਇਹ ਸੀ ਜੀ 6 ਜੂਨ ਦੀ ਸਾਰੀ ਗੱਲਬਾਤ, ਕਿਸ ਤਰੀਕੇ ਦੀ ਜਿਹੜੀ ਜੰਗ ਹੈ ਉੱਥੇ ਲੜੀ ਜਾਂਦੀ ਹੈ, ਮੁੱਠੀ ਭਰੇ ਉਹਦੇ ਕਿਸ ਤਰੀਕੇ ਦੇ ਨਾਲ ਸਾਰੇ ਫੌਜੀਆਂ ਦਾ ਮੁਕਾਬਲਾ ਕਰਦੇ ਨੇ ਅਤੇ ਕਿਸ ਤਰੀਕੇ ਦੇ ਨਾਲ ਲਸਾਨੀ ਸ਼ਹਾਦਤਾਂ ਹੁੰਦੀਆਂ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬਾਬਾ ਅਮਰੀਕ ਸਿੰਘ ਜੀ ਅਤੇ ਜਨਰਲ ਸੁਬੇਕ ਸਿੰਘ ਜੀ ਕਿਵੇਂ ਸ਼ਹਾਦਤਾਂ ਪ੍ਰਾਪਤ ਕਰਦੇ ਨੇ, ਉਹ ਸਾਰੀ ਵਿੱਥਿਆ ਤੁਹਾਡੇ ਨਾਲ ਸਾਂਝੀ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ 7 ਤਰੀਕ ਨੂੰ ਵੀ ਗੋਲੀ ਚੱਲਦੀ ਹੈ, ਉਸ ਬਾਰੇ ਵੀ ਗੱਲਬਾਤ ਕਰਾਂਗੇ। 8 ਤਰੀਕ ਨੂੰ ਕੀ ਕੁਝ ਹੁੰਦਾ, ਸਾਰੇ ਵਰਤਾਰੇ ਦੇ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਦਿਓ ਇਜਾਜ਼ਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।